بسم الله الرحمن الرحيم. الحمد لله نحمده ونستعينه ونستغفره ونعوذ بالله من شرور أنفسنا ومن سيئات أعمالنا، من يهده الله فلا مضل له ومن يضلله فلا هادي له، وأشهد أن لا إله إلا الله وحده لا شريك له، وأشهد أن محمدا عبده ورسوله. اللهم صل على محمد وعلى آل محمد كما صليت على إبراهيم وعلى آل إبراهيم إنك حميد مجيد. اللهم بارك على محمد وعلى آل محمد كما باركت على إبراهيم وعلى آل إبراهيم إنك حميد مجيد. أما بعد، فإن خير الحديث كتاب الله وخير الهدي هدي محمد صلى الله عليه وسلم وشر الأمور محدثاتها وكل محدثة بدعة وكل بدعة ضلالة وكل زلالة في النار. أعوذ بالله من الشيطان الرجيم. بسم الله الرحمن الرحيم. والذين جاهدوا فينا لنهدينهم سبلنا وإن الله لمع المحسنين. مختصر حمد و ثنا اور درود و سلام دے بعد، حضرات محترم، حسب وعدہ اج دا عنوان سیرت سیدنا سلمان فارسی رضی اللہ تعالی عنہ ہوئے گا. نبی پاک علیہ الصلوۃ والسلام دے اے جلیل القدر صحابی نے اور اللہ پاک نے انہاں نوں مقام و مرتبہ بڑا عطا فرمایا، کیونکہ انہاں دیاں قربانیاں بھی بڑیاں. سلمان جو کہ فارس دے رہن والے نے، ایران دا پرانا نام فارس سی، فارس دے اندر رہن والے نے، اور انہاں دا مذہب مجوسیت ہے. مجوسی اگ دی پوجا کرن والے نے. اج بھی کسے نہ کسے جگہ دے اوپر مجوسیت دے کچھ نہ کچھ گروہ پائے جاندے نے جڑے اگ دے سامنے سجدے کردے نے. حضرت سلمان فرماندے نے کہ ساڈا مذہب مجوسیت والا سی، اور ساڈے گھر دے اندر ایک بڑا سارا آتش دان پیا سی جی دے اندر اگ جلائی دی سی، تے او دے سامنے پھر اسی سجدے کرن لگ جاندے سن. فرماندے نے نبی پاک علیہ الصلوۃ والسلام نوں ملن تو پہلے دی گل ہے، اجے میرا بچپن ویکھیا میں،
ਬਚਪਨ ਦੇ ਅੰਦਰ ਮੈਂ ਅੱਗ ਨੂੰ ਜਲਾਉਂਦਾ ਰਿਹਾ। ਮੇਰੇ ਬਾਪ ਨੇ ਮੇਰੀ ਡਿਊਟੀ ਲਾਈ, ਹੱਤਾ ਕਿ ਮੈਨੂੰ ਅੱਗ ਨਾਲ ਇੰਨਾ ਪਿਆਰ ਹੋ ਗਿਆ ਕਿ ਮੈਂ ਕਦੀ ਵੀ ਅੱਗ ਨੂੰ ਇੱਕ ਮਿੰਟ ਵਾਸਤੇ ਵੀ ਬੁਝਣ ਨਹੀਂ ਸੀ ਦਿੱਤਾ। ਯਾਨੀ ਮੈਨੂੰ ਅੱਗ ਨਾਲ ਇਸ਼ਕ ਹੀ ਇੰਨਾ ਹੋ ਗਿਆ ਕਿ ਮੈਂ ਹਰ ਟਾਈਮ ਉਹਨੂੰ ਜਲਾਈ ਰੱਖਣਾ, ਹਰ ਟਾਈਮ ਬਾਲੀ ਰੱਖਣਾ। ਅਤੇ ਹਜ਼ਰਤ ਸਲਮਾਨ ਫਰਮਾਉਂਦੇ ਨੇ, ਅੱਲਾਹ ਪਾਕ ਨੇ ਮੈਨੂੰ ਹੁਸਨ ਅਤਾ ਫਰਮਾਇਆ ਸੀ ਅਤੇ ਮੇਰੇ ਬਾਪ ਨੇ ਮੈਨੂੰ ਲੜਕੀਆਂ ਦੇ ਨਾਲੋਂ ਜ਼ਿਆਦਾ ਘਰ ਦੇ ਅੰਦਰ ਬੰਦ ਕਰਕੇ ਰੱਖਿਆ ਸੀ, ਲੜਕੀਆਂ ਦੀ ਤਰ੍ਹਾਂ ਪਾਲਿਆ। ਨਾ ਬਾਹਰ ਜਾਣ ਦੇਣਾ, ਨਾ ਕਿਧਰੇ ਫਿਰਨ ਦੇਣਾ, ਨਾ ਕੋਈ ਯਾਰ ਬੇਲੀ ਬਣਾ ਦੇਣੇ, ਬਲਕਿ ਮੈਂ ਅਕਸਰ ਘਰ ਦੇ ਅੰਦਰ ਰਹਿਣਾ। ਮੇਰਾ ਸਾਰਾ ਬਚਪਨ ਘਰ ਦੇ ਅੰਦਰ ਹੀ ਗੁਜ਼ਰਿਆ। ਫਰਮਾਉਂਦੇ ਨੇ ਵਕਤ ਗੁਜ਼ਰਦਾ ਗਿਆ, ਮੈਂ ਅੱਗ ਨੂੰ ਬਾਲਦਾ ਰਿਹਾ, ਅੱਗ ਦੇ ਨਾਲ ਮੈਨੂੰ ਮੁਹੱਬਤ ਹੁੰਦੀ ਰਹੀ, ਮੈਂ ਆਪਣੇ ਮਜ਼ਹਬ ਨੂੰ ਸਮਝਦਾ ਰਿਹਾ। ਔਰ ਮੇਰੇ ਬਾਪ ਨੇ ਕੁੱਟ ਕੁੱਟ ਕੇ ਮੇਰੇ ਦਿਲ ਅੰਦਰ ਅੱਗ ਦੀ ਮੁਹੱਬਤ ਭਰ ਦਿੱਤੀ ਕਿ ਅਸੀਂ ਮਜੂਸੀ ਹਾਂ, ਸਾਡਾ ਮਜ਼ਹਬ ਵੀ ਬਿਲਕੁਲ ਸੱਚਾ। ਵਕਤ ਗੁਜ਼ਰਿਆ, ਫਰਮਾਉਂਦੇ ਨੇ ਮੇਰਾ ਬਾਪ ਬੜਾ ਵੱਡਾ ਜ਼ਮੀਂਦਾਰ ਸੀ, ਜ਼ਮੀਨ ਬੜੀ ਸੀ, ਖੇਤ ਬੜੇ ਸਨ, ਪੈਲੀਆਂ ਲਾਉਂਦਾ ਸੀ। ਇੱਕ ਦਿਨ ਬਾਪ ਨੇ ਘਰ ਦੇ ਅੰਦਰ ਕੰਮ ਸ਼ੁਰੂ ਕਰ ਲਿਆ, ਮੁਰੰਮਤ ਦਾ ਕੰਮ ਸ਼ੁਰੂ ਕਰ ਲਿਆ, ਮਜ਼ਦੂਰੀ ਦਾ ਕੰਮ ਸ਼ੁਰੂ ਕਰ ਲਿਆ। ਇੰਜ ਕਹਿ ਲਓ ਕਿ ਮਿਸਤਰੀ ਲਾ ਲਏ ਅਤੇ ਅੱਬੇ ਹੋਰੀ ਕਹਿਣ ਲੱਗੇ ਕਿ ਹੁਣ ਮੈਂ ਰਹਿਣਾ ਘਰ, ਅਤੇ ਸਲਮਾਨ ਅੱਗੇ ਮੈਂ ਤੈਨੂੰ ਬਾਹਰ ਕਦੀ ਨਹੀਂ ਘੱਲਿਆ, ਜਦੋਂ ਵੀ ਤੈਨੂੰ ਲੈ ਕੇ ਜਾਵਾਂ ਆਪਣੇ ਨਾਲ ਹੀ ਲੈ ਕੇ ਜਾਣਾ, ਲਿਹਾਜ਼ਾ ਤੈਨੂੰ ਆਪਣੀਆਂ ਪੈਲੀਆਂ ਦਾ ਪਤਾ ਹੀ ਹੈ, ਖੇਤਾਂ ਦਾ ਪਤਾ ਹੈ। ਜੀ ਅੱਬਾ ਜੀ ਪਤਾ। ਫਿਰ ਮੈਂ ਲਓ ਨੌਕਰ ਚਾਕਰ ਉੱਥੇ ਹੀ ਨੇ, ਤੂੰ ਬਸ ਜਾ ਕੇ ਸਾਰਾ ਕੰਮ ਕਰਵਾਉਣਾ, ਖੇਤਾਂ ਦੀ ਦੇਖਭਾਲ ਕਰਨੀ ਹੈ, ਅੱਜ ਮੈਂ ਨਹੀਂ ਜਾ ਸਕਦਾ, ਅੱਜ ਤੂੰ ਖਿਆਲ ਕਰਨਾ ਜਾ ਕੇ। ਫਰਮਾਉਂਦੇ ਨੇ ਇਹ ਤਾਂ ਮੇਰਾ ਬਚਪਨ ਲੰਘ ਗਿਆ, ਲੜਕਪਨ ਸ਼ੁਰੂ ਹੋ ਗਿਆ, ਜਵਾਨੀ ਦਾ ਆਗਾਜ਼ ਹੋਣ ਵਾਲਾ ਹੈ। ਅਤੇ ਮੇਰੇ ਬਾਪ ਨੇ ਮੈਨੂੰ ਘੱਲ ਦਿੱਤਾ ਕਿ ਖੇਤਾਂ ਦੀ ਜਾ ਕੇ ਦੇਖਭਾਲ ਕਰ। ਆਂਦੇ ਨੇ ਮੈਂ ਕੁਛ ਸਮਾਨ ਲਿਆ ਜਿਹੜਾ ਉੱਥੇ ਖੇਤਾਂ ਅੰਦਰ ਚਾਹੀਦਾ ਸੀ, ਉਹ ਮੈਂ ਲੈ ਕੇ ਨਿਕਲਿਆ ਵਾਂ, ਅਜੇ ਬਸਤੀਓਂ ਬਾਹਰ ਹੋਇਆ ਵਾਂ ਅਤੇ ਮੈਂ ਵੇਖਿਆ ਇੱਕ ਸਾਹਮਣੇ ਮੈਨੂੰ ਗਿਰਜਾ ਨਜ਼ਰ ਆਇਆ। ਕੀ ਨਜ਼ਰ ਆਇਆ? ਗਿਰਜਾ, ਈਸਾਈਆਂ ਦਾ ਮਾਬਦਖਾਨਾ, ਜਿੱਥੇ ਈਸਾਈ ਇਬਾਦਤ ਕਰਦੇ ਨੇ। ਅੰਦਰ ਮੈਂ ਵੇਖਿਆ ਅਤੇ ਮੈਂ ਆਖਿਆ ਪਤਾ ਨਹੀਂ ਕਿਹੜੀ ਸ਼ੈ, ਇਹਦੇ ਉੱਤੇ ਸਲੀਬ ਵੀ ਲੱਗੀ ਹੈ, ਅੰਦਰੋਂ ਉੱਚੀ ਉੱਚੀ ਆਵਾਜ਼ਾਂ ਵੀ ਆਉਂਦੀਆਂ ਪਈਆਂ ਨੇ। ਮੈਂ ਸੋਚਿਆ ਸਲਮਾਨ ਕਿਉਂ ਨਾ ਹੋਏ ਸਾਰਾ ਸਮਾਨ ਇੱਥੇ ਸੁੱਟ ਅਤੇ ਅੰਦਰ ਜਾ ਕੇ ਵੇਖ ਹੁੰਦਾ ਕੀ ਪਿਆ। ਫਰਮਾਉਂਦੇ ਨੇ ਸਮਾਨ ਸਾਰਾ ਉੱਥੇ ਸੁੱਟਿਆ ਅਤੇ ਮੈਂ ਸਿੱਧਾ ਗਿਰਜੇ ਦੇ ਅੰਦਰ ਦਾਖਿਲ ਹੋਇਆ ਅਤੇ ਉੱਥੇ ਵੇਖਿਆ ਈਸਾਈਆਂ ਦਾ ਪਾਦਰੀ ਉਹਨਾਂ ਨੂੰ ਨਿਮਾਜ਼ ਪੜ੍ਹਾਉਂਦਾ ਪਿਆ। ਉਹ ਨਿਮਾਜ਼ ਪੜ੍ਹਾਉਂਦੇ ਨੇ, ਅੱਲਾ ਅੱਲਾ ਕਰਨਦਿਆਂ ਨੇ, ਮੈਨੂੰ ਉਹਨਾਂ ਦਾ ਤਰੀਕਾ ਇਬਾਦਤ ਬੜਾ ਹੀ ਚੰਗਾ ਲੱਗਾ। ਆਂਦੇ ਨੇ ਮੈਂ ਵੇਖਿਆ, ਮੈਂ ਆਖਿਆ ਅਸੀਂ ਤਾਂ ਅੱਗ ਸਾਹਮਣੇ ਆਪੇ ਹੀ ਬਾਲ ਕੇ ਉਹਦੇ ਸਾਹਮਣੇ ਟੱਕਰਾਂ ਮਾਰਨੇ ਹਾਂ। ਇਹ ਬੰਦੇ ਕੁਝ ਸਿਆਣੇ ਲੱਗਦੇ ਨੇ ਕਿ ਨਾਲ ਰੱਬ ਦਾ ਨਾਮ ਵੀ ਲੈਂਦੇ ਪਏ ਨੇ ਅਤੇ ਨਾਲ ਉਹਦੇ ਸਾਹਮਣੇ ਸਜਦੇ ਕਰਦੇ ਪਏ ਨੇ। ਸਲਮਾਨ ਫਰਮਾਉਂਦੇ ਨੇ ਸਾਰਾ ਦਿਨ ਹੀ ਮੈਂ ਉੱਥੇ ਕੱਢ ਛੜਿਆ, ਖੇਤਾਂ ਅੰਦਰ ਗਿਆ ਹੀ ਕੋਈ ਨਾ, ਸਾਰਾ ਦਿਨ ਗੁਜ਼ਰ ਗਿਆ। ਸ਼ਾਮਾਂ ਪਈਆਂ ਅਤੇ ਮੈਂ ਵਾਪਸ ਆਇਆ, ਬਾਪ ਨੇ ਬੰਦੇ ਲੱਭਣ ਵਾਸਤੇ ਘੱਲ ਦਿੱਤੇ, ਮੇਰਾ ਪੁੱਤਰ ਘਰ ਕਿਉਂ ਨਹੀਂ ਆਇਆ? ਆਖਿਰ ਜਦੋਂ ਸ਼ਾਮ ਨੂੰ ਮੈਂ ਘਰ ਆਇਆ ਵਾਣਾ, ਬਾਪ ਆਉਂਦਾ, ਦੱਸ ਵੀ ਸਲਮਾਨ ਕਿੱਥੇ ਸੀ? ਅੱਬਾ ਜੀ ਮੈਂ ਨਾ ਇਲਾਕਿਓਂ ਬਾਹਰ ਨਿਕਲਿਆ ਵਾਂ ਅਤੇ ਗਿਰਜਾ ਵੇਖਿਆ, ਉਹਦੇ ਅੰਦਰ ਗਿਆ, ਮੈਨੂੰ ਉਹਨਾਂ ਦੀ ਇਬਾਦਤ ਦਾ ਤਰੀਕਾ ਬੜਾ ਚੰਗਾ ਲੱਗਾ, ਨਿਮਾਜ਼ ਪੜ੍ਹਦੇ ਪਏ ਸਨ। ਮੈਨੂੰ ਇੰਝ ਲੱਗਦਾ ਕਿ ਸਾਡੀ ਇਬਾਦਤ ਦੇ ਨਾਲੋਂ, ਸਾਡੇ ਮਜ਼ਹਬ ਦੇ ਨਾਲੋਂ ਉਹਨਾਂ ਦਾ ਮਜ਼ਹਬ ਸੱਚਾ ਹੈ। ਮੈਨੂੰ ਇੰਝ ਲੱਗਦਾ ਸਾਡੇ ਮਜ਼ਹਬ ਦਾ ਕੋਈ ਖਾਤਾ ਨਹੀਂ, ਉਹਨਾਂ ਦਾ ਮਜ਼ਹਬ ਤਾਂ ਫਿਰ ਵੀ ਸਮਝ ਅੰਦਰ ਆਉਂਦਾ ਹੈ। ਬਾਪ ਕਹਿਣ ਲੱਗਾ, ਪੁੱਤਰ ਕਿਵੇਂ ਦੀ ਗੱਲ ਕਰਨਾ? ਸਾਡਾ ਅੱਗ ਦਾ ਪੂਜਾ ਕਰਨਾ ਬਿਲਕੁਲ ਠੀਕ ਹੈ, ਉਹਨਾਂ ਦਾ ਮਜ਼ਹਬ ਬਿਲਕੁਲ ਝੂਠਾ ਹੈ, ਉਹਨਾਂ ਦੇ ਸਾਹਮਣੇ ਕੋਈ ਨਹੀਂ ਜਾਣਾ। ਅਤੇ ਪੁੱਤਰ ਬਾਰ ਬਾਰ ਇਸਰਾਰ ਕਰਦਾ, ਆਉਂਦਾ, ਅੱਬਾ ਜੀ ਜੋ ਮਰਜ਼ੀ ਕਰ ਲਓ, ਮੈਂ ਤਾਂ ਹੁਣ ਇਹੋ ਹੀ ਕਹਾਂਗਾ ਕਿ ਉਹਨਾਂ ਦਾ ਮਜ਼ਹਬ ਸਾਡੇ ਨਾਲੋਂ ਚੰਗਾ ਹੈ। ਬਾਪ ਨੇ ਵੇਖਿਆ, ਕਹਿਣ ਲੱਗਾ, ਅੱਛਾ ਮੈਨੂੰ ਲੱਗਦਾ ਮੇਰਾ ਪੁੱਤਰ ਮੇਰੇ ਹੱਥਾਂ 'ਚੋਂ ਨਿਕਲੂਵੇ, ਮਜ਼ਹਬ ਬਦਲੂਵੇ।
ਮੈਂ ਇਹਨੂੰ ਘਰ ਦੇ ਅੰਦਰ ਬੰਦ ਕਰ ਦੇਣਾ। ਬੇੜੀਆਂ ਪਾ ਦਿੱਤੀਆਂ, ਹੱਥਕੜੀਆਂ ਲਾ ਦਿੱਤੀਆਂ, ਘਰ ਦੇ ਅੰਦਰ ਬੰਦ ਕਰ ਦਿੱਤਾ। ਮਜ਼ੀਦ ਅੱਗੇ ਉਹਨਾਂ ਦੀਆਂ ਕੁਰਬਾਨੀਆਂ ਦੀ ਦਾਸਤਾਨ ਲੱਗੀ ਸ਼ੁਰੂ ਹੋਣ। ਇੱਥੋਂ ਹੋਇਆ ਆਗਾਜ਼। ਈਸਾਈਆਂ ਦੇ ਗਿਰਜੇ ਅੰਦਰ ਜਾ ਕੇ ਉਹਨਾਂ ਨੂੰ ਦੀਨ ਪਸੰਦ ਆਇਆ ਅਤੇ ਦਿਲ ਕੀਤਾ ਕਿ ਇਸ ਦੀਨ ਨੂੰ ਪਰਖਣਾ ਚਾਹੀਦਾ, ਵੇਖਣਾ ਚਾਹੀਦਾ। ਬਹਰ ਹਾਲ ਦੁਆ ਕਰੀਏ, ਗੱਲ ਨੂੰ ਅੱਗੇ ਬੜਾਈਏ, ਅੱਲਾ ਪਾਕ ਦੇ ਕੋਲੋਂ ਦੁਆ ਵੀ ਕਰੀਏ, ਅੱਲਾ ਪਾਕ ਸਾਨੂੰ ਵੀ ਦੀਨ ਵਾਸਤੇ ਔਰ ਹੱਕ ਵਾਸਤੇ ਕੋਸ਼ਿਸ਼ ਕਰਨ ਦੀ ਤੌਫੀਕ ਅਤਾ ਫਰਮਾਏ। ਮੇਰੇ ਔਰ ਤੁਹਾਡੇ ਪੀਰੋ ਮੁਰਸ਼ਦ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਕਲਬਿਆਂ ਧਰਤੇ ਅੱਲਾ ਨੇ ਕੁਰਾਨ ਨਾਜ਼ਿਲ ਫਰਮਾਇਆ, ਫਰਮਾਇਆ ਵੱਲਜ਼ੀਨਾ ਜਾਹਦੂ ਫੀਨਾ ਲਨਹਦੀਅਨਹੁਮ ਸੁਬੁਲਨਾ ਵਇਨਲਲਾਹ ਲਮਅਲ ਮੁਹਸਿਨੀਨ। ਫਰਮਾਇਆ ਦੁਨੀਆ ਦੇ ਲੋਗੋ, ਉਹ ਲੋਕ ਜਿਹੜੇ ਸਾਡੇ ਰਾਹ ਦੇ ਬਾਰੇ, ਸਾਡੀ ਜ਼ਾਤ ਦੇ ਬਾਰੇ, ਹੱਕ ਦਾ ਰਾਹ ਤਲਾਸ਼ ਕਰਨ ਦੇ ਬਾਰੇ ਕੋਸ਼ਿਸ਼ ਕਰਦੇ ਨੇ, ਉਹ ਲੋਕ ਜਿਹੜੇ ਸਾਡੇ ਬਾਰੇ ਜਾਂ ਸਾਡੇ ਰਾਹ ਦੇ ਬਾਰੇ ਕੋਸ਼ਿਸ਼ ਕਰਦੇ ਨੇ ਹੱਕ ਦਾ ਰਾਹ ਮਿਲ ਜਾਵੇ, ਹੱਕਾਨੀਅਤ ਦਾ ਰਸਤਾ ਮਿਲ ਜਾਵੇ। ਅੱਲਾ ਪਾਕ ਫਰਮਾਉਂਦੇ ਨੇ ਜਿਹੜਾ ਬੰਦਾ ਕੋਸ਼ਿਸ਼ ਕਰਦਾ ਹੈ, ਲਨਹਦੀਅਨਹੁਮ ਸੁਬੁਲਨਾ, ਕੋਸ਼ਿਸ਼ ਕਰਨਾ ਬੰਦੇ ਦਾ ਕੰਮ ਹੈ ਅਤੇ ਉਹਨੂੰ ਸਿੱਧਾ ਰਾਹ ਵਿਖਾਉਣਾ ਅਰਸ਼ਾਂ ਵਾਲੇ ਦਾ ਕੰਮ ਹੈ। ਜਿਹੜਾ ਬੰਦਾ ਕੋਸ਼ਿਸ਼ ਕਰਦਾ ਹੱਕ ਦੀ, ਅਸੀਂ ਉਹਨੂੰ ਸਿੱਧਾ ਰਸਤਾ ਸਿਰਾਤੇ ਮੁਸਤਕੀਮ ਦਿਖਾ ਦਿੰਦੇ ਹਾਂ। ਅੱਲਾਹੁ ਅਕਬਰ। ਅਤੇ ਅੱਲਾ ਪਾਕ ਨੇ ਫਰਮਾਇਆ ਇੱਥੇ ਬਸ ਨਹੀਂ, ਵਇਨਲਲਾਹ ਲਮਅਲ ਮੁਹਸਿਨੀਨ, ਜਿਹੜਾ ਬੰਦਾ ਹੱਕ ਨੂੰ ਤਲਾਸ਼ ਕਰਦਾ, ਅੱਲਾ ਨੂੰ ਹੱਕ ਵਾਲਾ ਬਣਾ ਦਿੰਦਾ ਹੈ, ਅਤੇ ਅੱਲਾ ਇਸ ਬੰਦੇ ਨੂੰ ਨੇਕ ਬਣਾ ਲੈਂਦਾ, ਮੁਹਸਿਨ ਬਣਾ ਦਿੰਦਾ ਹੈ, ਅਤੇ ਫਿਰ ਮੇਰਾ ਰੱਬ ਇਹਨਾਂ ਬੰਦਿਆਂ ਦੇ ਨਾਲ ਹੋ ਜਾਂਦਾ ਹੈ। ਅੱਲਾਹੁ ਅਕਬਰ। ਮੇਰੇ ਪੈਗੰਬਰ ਅਲੈਹਿ ਸਲਾਤੁ ਸਲਾਮ ਨੇ ਦੱਸ ਦਿੱਤਾ, ਅੱਲਾ ਪਾਕ ਦਾ ਕੁਰਾਨ ਵੀ ਬਿਆਨ ਕਰਦਾ ਪਿਆ ਏ ਕਿ ਜਿਹੜਾ ਬੰਦਾ ਹੱਕ ਲੱਭਣਾ ਚਾਹੁੰਦਾ ਹੈ, ਹੱਕ ਉਹਨੂੰ ਲੱਭਦਾ ਹੈ, ਜਿਹੜਾ ਬੰਦਾ ਹਿਦਾਇਤ ਲੈਣਾ ਚਾਹੁੰਦਾ ਹੈ, ਹਿਦਾਇਤ ਸਿਰਫ ਉਹਨੂੰ ਮਿਲਿਆ ਕਰਦੀ ਏ। ਅੱਲਾਹੁ ਅਕਬਰ। ਔਲਾਦਾਂ ਬਗੈਰ ਦੁਆ ਤੋਂ ਮਿਲ ਜਾਇਆ ਕਰਦੀਆਂ ਨੇ, ਪੈਸਾ ਅਤੇ ਰਿਜ਼ਕ ਬਗੈਰ ਦੁਆ ਤੋਂ ਮਿਲ ਜਾਂਦਾ ਹੈ, ਮਕਾਨ ਅਤੇ ਗੱਡੀ ਅਤੇ ਕੋਠੀ ਬਗੈਰ ਦੁਆਈ ਤੋਂ। ਅੱਲਾਹੁ ਅਕਬਰ। ਅਤੇ ਬਗੈਰ ਅੱਲਾ ਦੇ ਸਾਹਮਣੇ ਪੁਕਾਰ ਅਤੇ ਇਲਤਿਜਾ ਕਰਨ ਤੋਂ ਮਿਲ ਜਾਂਦਾ ਹੈ, ਸਿਹਤ ਜਿਹੜੀ ਏ ਬਗੈਰ ਦੁਆਈ ਤੋਂ ਅਤੇ ਬਗੈਰ ਦੁਆ ਤੋਂ ਵੀ ਮਿਲ ਜਾਇਆ ਕਰਦੀ ਏ। ਲੇਕਿਨ ਇੱਕ ਗੱਲ ਯਾਦ ਰੱਖੀਏ, ਹਿਦਾਇਤ ਐਸੀ ਚੀਜ਼ ਹੈ ਜਿਹੜੀ ਦੁਆ ਤੋਂ ਬਗੈਰ ਨਹੀਂ ਮਿਲਦੀ, ਹਿਦਾਇਤ ਐਸੀ ਚੀਜ਼ ਹੈ ਜਿਹੜੀ ਮੰਗਣ ਤੋਂ ਬਗੈਰ ਮੇਰਾ ਰੱਬ ਅਤਾ ਨਹੀਂ ਕਰਦਾ। ਜਿਹੜਾ ਬੰਦਾ ਮੰਗਦਾ ਮੇਰਾ ਅੱਲਾ ਉਹਨੂੰ ਹੀ ਦਿੰਦਾ ਹੈ, ਜਿਹੜਾ ਬੰਦਾ ਮੰਗਦਾ ਹੀ ਕੋਈ ਨਹੀਂ, ਅੱਲਾ ਪਾਕ ਉਸ ਬੰਦੇ ਨੂੰ ਕੋਈ ਨਹੀਂ ਦਿੰਦੇ। ਫਰਮਾਇਆ ਵੱਲਜ਼ੀਨਾ ਜਾਹਦੂ ਫੀਨਾ ਲਨਹਦੀਅਨਹੁਮ ਸੁਬੁਲਨਾ, ਜਿਹੜਾ ਬੰਦਾ ਹੱਕ ਲੱਭਣਾ ਚਾਹੁੰਦਾ ਅਸੀਂ ਉਹਨੂੰ ਹੀ ਹੱਕ ਦਿੰਦੇ ਹਾਂ। ਅੱਲਾਹੁ ਅਕਬਰ। ਮੇਰੇ ਪੈਗੰਬਰ ਅਲੈਹਿ ਸਲਾਤੁ ਸਲਾਮ ਦਾ ਚਾਚਾ ਅਬੂ ਤਾਲਿਬ ਜਦੋਂ ਫੌਤ ਹੋਇਆ, ਮੇਰੇ ਨਬੀ ਬੜੇ ਪਰੇਸ਼ਾਨ ਨੇ, ਅਤੇ ਇਸੇ ਪਰੇਸ਼ਾਨੀ ਦੇ ਅੰਦਰ ਮੇਰੇ ਨਬੀ ਨੇ ਫਰਮਾਇਆ, ਮੈਨੂੰ ਪਤਾ ਹੁੰਦਾ ਤੇ ਚਾਚਾ ਜੀ ਮੈਂ ਤੁਹਾਨੂੰ ਪਤਾ ਨਹੀਂ ਕਿਵੇਂ ਕਲਮਾ ਪੜ੍ਹਾ ਲੈਂਦਾ, ਮੈਂ ਤੁਹਾਡੇ ਸਾਹਮਣੇ ਤਰਲੇ ਵੀ ਕੀਤੇ ਨੇ, ਤੁਸਾਂ ਕਲਮਾ ਨਹੀਂ ਪੜ੍ਹਿਆ। ਅੱਲਾਹੁ ਅਕਬਰ। ਮੇਰੇ ਪੈਗੰਬਰ ਰੋਈ ਜਾ ਰਹੇ ਨੇ ਅਤੇ ਅੱਲਾ ਪਾਕ ਨੇ ਕੁਰਾਨ ਨਾਜ਼ਿਲ ਫਰਮਾਇਆ, ਫਰਮਾਇਆ ਇਨਨਾ ਕਲਾ ਤਹਦੀ ਮਨ ਅਹਬਬਤਾ। ਅੱਲਾਹੁ ਅਕਬਰ। ਫਰਮਾਇਆ ਮੇਰੇ ਪੈਗੰਬਰ ਸੁਣਿਆ, ਤੁਸੀਂ ਮੇਰੇ ਰਸੂਲ ਜ਼ਰੂਰ ਹੋ, ਤੁਸੀਂ ਮੇਰੇ ਪੈਗੰਬਰ ਜ਼ਰੂਰ ਹੋ, ਤੁਸੀਂ ਮੇਰੇ ਲਾਡਲੇ ਜ਼ਰੂਰ ਹੋ, ਲੇਕਿਨ ਗੱਲ ਯਾਦ ਰੱਖਿਆ ਜੇ, ਹਿਦਾਇਤ ਦੇਣਾ ਤੁਹਾਡੇ ਇਖਤਿਆਰ ਅੰਦਰ ਕੋਈ ਨਹੀਂ, ਹਿਦਾਇਤ ਦੇਣਾ ਮੈਂ ਰੱਬ ਦੇ ਇਖਤਿਆਰ ਅੰਦਰ ਹੈ, ਇਹ ਲੈਣਾ ਹੀ ਨਹੀਂ ਸੀ ਚਾਹੁੰਦਾ ਮੈਂ ਰੱਬ ਕਿਵੇਂ ਦੇ ਦਿੰਦਾ, ਅਗਰ ਹੱਕ ਮੰਗਦਾ ਹਿਦਾਇਤ ਮੰਗਦਾ ਮੈਂ ਤਾਂ ਦਿੰਦਾ। ਅੱਲਾਹੁ ਅਕਬਰ। ਪਤਾ ਲੱਗਾ ਜਿਹੜਾ ਬੰਦਾ ਹੱਕ ਲੱਭਣਾ ਚਾਹੁੰਦਾ ਹੈ, ਹੱਕ ਸਿਰਫ ਉਹਨੂੰ ਹੀ ਲੱਭਦਾ ਹੈ। ਇੱਕ ਹੋਰ ਮਿਸਾਲ ਦੇਵਾਂ,
एक बंदा चाहता है मैं आज तो बाद नमाज़ा शुरू कर लेनिया ने, मैं पक्या नमाज़ा पढ़ांगा, अल्लाह अकबर इरादा भी करता है ते फिर ओहदे उते अमल करके भी दिखांदा है, अल्लाह पाक नूं नमाज़ी बना देंदे ने। ते अगर कोई बंदा आंदा है ठीक है जी अज तो बाद नमाज़ा पढ़िया करांगे, जुम्मे टाइम सिर पढ़िया करांगे, ते वक्त लंघदा आंदा वेखी जाएगी, जे पढ़िया गया ते फिर भी ठीक है, ना पढ़िया गया ते फिर भी ठीक है, अल्लाह अकबर इरादा करके ओहदे उते अमल करना तेरा काम है, अल्लाह तेनू तौफीक दे छड़ेगा। लेकिन जे अगर सिर्फ ना लेना है, सिर्फ इरादा करना ते फिर हक नहीं लभदा, अल्लाह अकबर फिर अमल नहीं होया करदा। सैयदना सलमान फारसी रज़ी अल्लाह तआला अन्हु दी गल करना चाहना, फरमांदे ने मैं साईयां दे माबद खाने दी गल घर दे अंदर कीती है, ते बाप ने मेरे पैरां दे अंदर बेड़ियां ला दित्तियां, मैनू बंद कर दिता घर दे अंदर जकड़ दिता गया वा। फरमांदे ने मैं अपने बाप नूं आखिया अब्बा जी मेरा की कसूर है, मैनू बाहर जान देना, मैं फिर एक बारी गिरजे अंदर जाना चाहना। ते बाप कहन लगा पुत्र गल सुन तेरे ना प्यार अपनी जगह ते वे, लेकिन तेनू दीन बदलन की इजाजत मैं हर किस नहीं देने, तू मरना भी दीने मजूसियत दे उपर है, जिंदा भी ऐसे दीन उत्ते रहना है। अल्लाह अकबर हजरत सलमान फरमांदे ने मैं बड़ा परेशान होया, ऐसे परेशानी दे अंदर चंद दिन गुजरे ने, ते मैं किसे बंदे दे हाथ सना भेजिया गिरजे दे अंदर, फरमाया ऐसा यो गल सुनना, मैं तुहाडे दीन वाले इंटरस्टिड हुंदा पिया वां, ते मैं तुहाडा दीन कबूल करना चाहना वा, तुहाडा दीन मैनू बड़ा चंगा लगा है, लिहाजा तुसीं मैनू दसो ते सही ना तुहाडे दीन दी असल कित्थे वे। अल्लाह अकबर तुहाडे दीन दी असल तुहाडे दीन दी बुनियाद ते मरकज किथे वे, अईना असलु हाज़ा दीन तुहाडे दीन दा वड्डा मरकज किथे वे, तां के मैं उत्थे जाना चाहना वा। उन्हां ने आखिया जी साडे दीन दा मरकज शाम दे अंदर है, अल्लाह अकबर। ते जनाबे सलमान ने पैगाम भेजिया ओए ईसाईओ मैं ईसाई होना चाहना वा, लिहाजा जदों भी तुहाडा कोई काफला शाम अंदरों आएगा तुसा मैनू ही पैगाम भेजना है, मैं किसी भी तरीके अंदर आजाद होके उस काफले दे नाल मिलके शाम अंदर जाना चाहना वा, ताकि मैं जाके वेखा ते सही हक वाला दीन केड़ा है, सच्चा दीन केड़ा है। जरा तवज्जो करिए ना, हजरत सलमान फरमांदे ने आखिरकार वह भी वक्त आ गया, इन्हां ने मैनू पैगाम भेजिया आंदे ने सलमान आ जाना, आखिरकार वक्त आ गया है कि उत्थों एक लश्कर आया है, उत्थों एक काफला आया है, इस काफले ने कुछ दिन तो बाद शाम अंदर रवाना होना है। ते हजरत सलमान फरमाते ने मैं इधर किसी तरीके दे नाल बेड़ियां तो आजादी पाईए बेड़ियां ला के सुट दित्तियां, घर दे अंदरों निकलिया वा, कोई अपना साजो समान नहीं लिया आए, सिर्फ जड़े कपड़े पाए ने जड़ी जुत्ती पाइए ओदे नाल ही टुर पिया वा, जाके मैं शाम जाण वाले काफले नाल मिलिया वा, आख्या जी मैं जाना चाहना शाम अंदर, इन्हां सारिआं ने मैनू नाल ले आए। फरमांदे ने आकर कर शाम दी सरजमीन नजर आईए, ते मैं उत्थे जाके पुछिया कि मैनू दसुणा ईसाइयां दा सब तो बड़ा माबद खाना किथे वे, सब तो बड़ा गिरजा ते सब तो बड़ा इबादत खाना किथे वे। ते लोगों ने दस्या जी फुलानी फुलानी जगह दी उपर है, फरमांदे ने मैं आ गया गिरजे अंदर, ते आके मैं लोगों दे कोलों पुछिया जी मैं दीन सीखना चाहना वा, हक लभना चाहना वा, तुहाडे दीन दी तालीम लेना चाहना, किदे कोलों लवां। उन्हें आखिया जी ओ साडा पादरी बैठा है, ओ साडा आलिम बैठा ओहदे कोलों सीखना। हजरत सलमान आए ने ते आके कहन लगे ने मैं बड़ी दूर तो सफ़र करके आया वा, ते मैनू तुहाडा दीन बड़ा चंगा लग्या, ते मेरा दिल करदा मैं इहदे बारे तालीम हासिल करा, क्या तुसीं मैनू सिखाण लई तैयार हो, मैं इस तालीम नूं लवांगा ते तुहाडी खिदमत करदा रहांगा। इन्हें आख्या जी बिल्कुल ठीक है। जनाबे सलमान इहदे कोल रहण लग पैने, ते इहदियां आदतां
ਵੇਖੀਆਂ, ਪਾਦਰੀ ਬੜਾ ਵੱਡਾ, ਤੁਰਾਬ ਤੇ ਇੰਜੀਲ ਦਾ ਆਲਿਮ ਬੜਾ ਵੱਡਾ, ਲੇਕਿਨ ਬੜਾ ਵੱਡਾ ਖਿਆਨਤ ਕਰਨ ਵਾਲਾ ਦੋ ਨੰਬਰ ਬੰਦਾ, ਦੀਨ ਦੇ ਨਾਂ ਉੱਤੇ ਆਪਣੇ ਪੈਸੇ ਬਟੋਰਦਾ ਪਿਆ ਏ, ਲੋਕਾਂ ਨੂੰ ਕਹਿੰਦਾ ਸਦਕਾ ਦਿਆ ਕਰੋ ਤੇ ਸਾਰਾ ਸਦਕਾ ਜਮ੍ਹਾਂ ਕਰਕੇ ਆਪਣੇ ਕੋਲ ਸੰਭਾਲ ਲੈਂਦਾ, ਲੋਕਾਂ ਨੂੰ ਆਉਂਦਾ ਜ਼ਕਾਤ ਦਿਆ ਕਰੋ, ਜ਼ਕਾਤ ਦਾ ਮਾਲ ਵੀ ਹੜੱਪ ਕੀਤੀ ਜਾਂਦਾ, ਸੋਨਾ ਤੇ ਚਾਂਦੀ ਜਿੰਨਾ ਲੈਂਦਾ ਏ ਆਪਣੇ ਕਮਰੇ ਤੇ ਆਪਣੇ ਹੁਜਰੇ ਦੇ ਅੰਦਰ ਸੰਭਾਲੀ ਜਾਂਦਾ। ਜਨਾਬੇ ਸਲਮਾਨੇ ਦੀਆਂ ਆਦਤਾਂ ਵੇਖੀਆਂ, ਇਹਦੀ ਚੋਰੀ ਵੇਖੀ, ਖਿਆਨਤ ਵੇਖੀਏ, ਅੱਲਾਹ ਅਕਬਰ ਬੜਾ ਦਿਲ ਪੂਰਾ ਹੋਇਆ, ਅੱਲਾ ਮੈਂ ਤੇ ਹੱਕ ਦੀ ਤਲਾਸ਼ ਵਾਸਤੇ ਇੰਨਾ ਸਫ਼ਰ ਕੀਤਾ, ਇੱਥੇ ਵੀ ਆ ਕੇ ਮੈਨੂੰ ਦੋ ਨੰਬਰੀ ਨਜ਼ਰ ਆ ਰਹੀ ਹੈ, ਅੱਲਾਹ ਅਕਬਰ ਤੇ ਅੱਲਾ ਦੀਆਂ ਮਰਜ਼ੀਆਂ। ਕੁਛ ਸਾਲ ਗੁਜ਼ਰੇ ਨੇ, ਦੋ ਚਾਰ ਸਾਲ ਤੋਂ ਬਾਅਦ ਇਸ ਪਾਦਰੀ ਦੀ ਵਫਾਤ ਹੋ ਗਈ ਹੈ ਤੇ ਲੋਕਾਂ ਨੇ ਉਹਦਾ ਬੜਾ ਤਜ਼ਕੋ ਇੰਤਜ਼ਾਮ ਦੇ ਨਾਲ ਉਹਦੇ ਦਫ਼ਨ ਦਾ ਇੰਤਜ਼ਾਮ ਕਰਨ ਲੱਗ ਪਏ ਨੇ, ਕਫ਼ਨ ਦਫ਼ਨ ਦਾ ਇੰਤਜ਼ਾਮ ਕਰਨ ਦੇ ਨੇ ਤੇ ਹਜ਼ਰਤ ਸਲਮਾਨ ਫਰਮਾਉਂਦੇ ਨੇ, ਓਏ ਤੁਸੀਂ ਜਿਹਦੇ ਵਾਸਤੇ ਇੰਨਾ ਇੰਤਜ਼ਾਮ ਕਰਦੇ ਪਏ ਹੋ, ਇਹ ਤੇ ਬੰਦਾ ਬੜਾ ਵੱਡਾ ਕਰਪਟ ਬੰਦਾ ਸੀ, ਬੜਾ ਵੱਡਾ ਦੋ ਨੰਬਰ ਬੰਦਾ ਸੀ। ਇਹ ਕਹਿਣ ਲੱਗੇ ਨੇ ਦੱਸ ਤੇਰੇ ਕੋਲ ਕੀ ਦਲੀਲ ਏ, ਫਰਮਾਉਂਦੇ ਆਉਣਾ ਉਹਦੇ ਹੁਜਰੇ ਦੇ ਅੰਦਰ, ਮੈਂ ਆਪਣੀਆਂ ਅੱਖਾਂ ਨਾਲ ਕਈ ਵਾਰੀ ਵੇਖਿਆ ਏ ਜਦੋਂ ਤੁਹਾਡੇ ਕੋਲੋਂ ਸਦਕਾ ਲਿਆ ਕਰਦਾ ਸੀ, ਜ਼ਕਾਤ ਦਾ ਮਾਲ ਲਿਆ ਕਰਦਾ ਸੀ, ਸੋਨਾ ਤੇ ਚਾਂਦੀ ਲਿਆ ਕਰਦਾ ਸੀ, ਲਿਆ ਕੇ ਮਟਕਿਆਂ ਦੇ ਅੰਦਰ ਭਰ ਕੇ ਜ਼ਮੀਨ ਅੰਦਰ ਨੱਪੀ ਜਾਂਦਾ ਤੇ ਆਓ ਉਹਦੇ ਕਮਰੇ ਦੇ ਅੰਦਰ ਮੈਂ ਤੁਹਾਨੂੰ ਸਬੂਤ ਦਿਖਾ ਦੇਵਾਂ। ਹਜ਼ਰਤ ਸਲਮਾਨ ਤੇ ਨਾ ਲੈ ਲੋਗੇ ਸਾਈ ਆਏ ਨੇ, ਇਹਨਾਂ ਨੇ ਜ਼ਮੀਨ ਨੂੰ ਖੋਦਿਆ, ਸੱਤ ਮਟਕੇ ਨਿਕਲੇ ਨੇ ਜਿਹਦੇ ਅੰਦਰ ਸੋਨਾ ਤੇ ਚਾਂਦੀ ਭਰਿਆ। ਅੱਲਾਹ ਅਕਬਰ, ਇਹਨਾਂ ਲੋਕਾਂ ਨੇ ਵੇਖਿਆ, ਆਂਦੇ ਨੇ ਕਿਵੇਂ ਦਾ ਬੰਦਾ, ਸਾਨੂੰ ਨਮਾਜ਼ਾਂ ਪੜ੍ਹਾਈ ਜਾਂਦਾ, ਦੋ ਨੰਬਰੀਆਂ ਵੀ ਕੀਤੀ ਜਾਂਦਾ, ਸਾਡੇ ਕੋਲੋਂ ਸਦਕੇ ਲਈ ਜਾਂਦਾ, ਗਰੀਬਾਂ ਤੇ ਮਿਸਕੀਨਾਂ ਤੇ ਯਤੀਮਾਂ ਦਾ ਹੱਕ ਖਾਈ ਜਾਂਦਾ, ਲਿਹਾਜ਼ਾ ਇਹਨੂੰ ਦਫ਼ਨ ਕਰਨਾ ਕੈਂਸਲ ਕਰਾਉਣਾ, ਅੱਜ ਤੋਂ ਬਾਅਦ ਇਹਦੀ ਲਾਸ਼ ਨੂੰ ਅਸਾਂ ਦਫ਼ਨ ਨਹੀਂ ਕਰਨਾ, ਬਲਕਿ ਇਹਨੂੰ ਸੂਲੀ ਉੱਤੇ ਲਟਕਾ ਦਿਓ ਤੇ ਪੱਥਰ ਮਾਰ ਮਾਰ ਕੇ ਲੋਕਾਂ ਦੇ ਸਾਹਮਣੇ ਇਹਨੂੰ ਨਿਸ਼ਾਨੇ ਇਬਰਤ ਬਣਾਉਣਾ ਹੈ। ਅੱਲਾਹ ਅਕਬਰ, ਵਕਤ ਗੁਜ਼ਰਿਆ, ਜਨਾਬ ਤੇ ਸਲਮਾਨ ਨੇ ਵੇਖਿਆ ਇਹਦਾ ਅੰਜਾਮ ਬੜਾ ਬੁਰਾ ਹੋਇਆ, ਇਹਨਾਂ ਸ਼ਾਮ ਦੇ ਅੰਦਰ ਲਿਆ ਕੇ ਇੱਕ ਨਵਾਂ ਪਾਦਰੀ ਬਿਠਾ ਦਿੱਤਾ ਇਸ ਗਿਰਜੇ ਦੇ ਅੰਦਰ। ਹਜ਼ਰਤ ਸਲਮਾਨ ਫਰਮਾਉਂਦੇ ਨੇ, ਬੰਦਾ ਬੜਾ ਚੰਗਾ, ਬੜਾ ਚੰਗਾ ਬੰਦਾ ਤੇ ਬੜੀ ਇਬਾਦਤ ਕਰਨ ਵਾਲਾ, ਦੁਨੀਆਂ ਤੋਂ ਬੇਰਗਬਤ ਬੰਦਾ, ਕੋਈ ਇਹਨੂੰ ਦੌਲਤ ਦੀ ਲਾਲਚ ਕੋਈ ਨਹੀਂ, ਬਲਕਿ ਆਪਣਾ ਗੁਜ਼ਰ ਬਸਰ ਕਰੀ ਜਾਂਦਾ, ਅੱਲਾਹ ਅਕਬਰ ਰੱਬ ਰੱਬ ਕਰੀ ਜਾਂਦਾ, ਤੌਰਾਤ ਤੇ ਇੰਜੀਲ ਦਾ ਮੁਤਾਲਿਆ ਬੜਾ ਕਰਦਾ, ਤਿਲਾਵਤਾਂ ਬੜੀਆਂ ਕਰਦਾ। ਫਰਮਾਉਂਦੇ ਨੇ ਮੈਂ ਇਹਦੇ ਕੋਲੋਂ ਇਲਮ ਸਿੱਖਣ ਲੱਗ ਪਿਆ ਤੇ ਇਸਾਈਅਤ ਕਬੂਲ ਕਰ ਲਿਆ ਏ, ਇਸਾਈ ਬਣ ਗਿਆ ਵਾਂ। ਅੱਲਾਹ ਅਕਬਰ, ਫਰਮਾਉਂਦੇ ਨੇ ਮੈਂ ਤੌਰਾਤ ਤੇ ਇੰਜੀਲ ਨੂੰ ਰੱਜ ਰੱਜ ਕੇ ਪੜ੍ਹਿਆ ਤੇ ਮੈਨੂੰ ਉਹਦੀਆਂ ਗੱਲਾਂ ਬੜੀਆਂ ਚੰਗੀਆਂ ਲੱਗੀਆਂ। ਜਨਾਬੇ ਈਸਾ ਅਲੈਹਿਸ ਸਲਾਤੁ ਸਲਾਮ ਦਾ ਜ਼ਿਕਰ ਤਫਸੀਲ ਨਾਲ ਪੜ੍ਹਿਆ ਤੇ ਨਾਲ ਅੰਬੀਆ ਕਿਰਾਮ ਦਾ ਜ਼ਿਕਰ ਵੀ ਪੜ੍ਹਿਆ। ਫਰਮਾਉਂਦੇ ਨੇ ਕੁਝ ਵਕਤ ਗੁਜ਼ਰਿਆ, ਉਸਤਾਦ ਨੇ ਮੇਰੀ ਬੜੀ ਅੱਛੀ ਤਰਬੀਅਤ ਕੀਤੀ ਏ ਤੇ ਕੁਛ ਵਕਤ ਗੁਜ਼ਰਨ ਤੋਂ ਬਾਅਦ ਉਸਤਾਦ ਬਿਮਾਰ ਹੋ ਗਿਆ ਤੇ ਇੰਜ ਲੱਗਦਾ ਜਿਵੇਂ ਚੰਦ ਦਿਨਾਂ ਦੇ ਅੰਦਰ ਇਹਦੀ ਵਫਾਤ ਹੋ ਜਾਏਗੀ। ਅੱਲਾਹ ਅਕਬਰ, ਹਜ਼ਰਤ ਸਲਮਾਨ ਫਰਮਾਉਂਦੇ ਨੇ ਬੜੀ ਸਖ਼ਤ ਸ਼ਿੱਦਤ ਦੀ ਬਿਮਾਰੀ ਏ ਤੇ ਮੈਂ ਇਹਦੇ ਕੋਲ ਆਇਆ ਵਾਂ, ਉਸਤਾਦ ਜੀ ਜੀ ਅਗਰ ਤੁਸੀਂ ਦੁਨੀਆ ਤੋਂ ਟੁਰ ਜਾਵੋ ਤੇ ਮੈਨੂੰ ਦੱਸੋ ਮੈਂ ਮਜ਼ੀਦ ਇਲਮ ਸਿੱਖਣਾ ਚਾਹੁੰਦਾ, ਕਿੱਥੇ ਜਾਵਾਂ? ਤੇ ਉਸਤਾਦ ਕਹਿਣ ਲੱਗਾ, ਪੁੱਤਰ ਗੱਲ ਸੁਣ, ਮੈਂ ਤੈਨੂੰ ਇਲਮ ਸਿਖਾਇਆ, ਮੈਂ ਹੱਕ ਦੀਆਂ ਗੱਲਾਂ ਦੱਸੀਆਂ ਨੇ, ਤੌਰਾਤੀ ਜੀਲ ਅੰਦਰੋਂ ਦੱਸਿਆ, ਪੜ੍ਹ ਪੜ੍ਹ ਕੇ ਸੁਣਾਇਆ ਤੇ ਲੇਕਿਨ ਹੁਣ ਗੱਲ ਸੁਣ ਲੈਣਾ, ਅਗਰ ਤੂੰ ਇਲਮ ਸਿੱਖਣਾ ਚਾਹੁੰਦਾ ਤੈਨੂੰ ਬੜਾ ਲੰਮਾ ਸਫ਼ਰ ਕਰਨਾ ਪਏਗਾ। ਜੇ ਕਿੱਥੇ ਜਾਣਾ ਪਏਗਾ? ਆਂਦੇ ਜੀ ਮੂਸਲ ਦੇ ਇਲਾਕੇ ਦੇ ਅੰਦਰ ਜਾਣਾ ਪਏਗਾ। ਅੱਲਾਹ ਅਕਬਰ, ਇਰਾਕ ਦਾ ਸ਼ਹਿਰ ਹੈ ਮੂਸਲ। ਫਰਮਾਇਆ ਉਸ ਮੂਸਲ ਸ਼ਹਿਰ ਦੇ ਅੰਦਰ ਜਾ ਕੇ ਤੈਨੂੰ ਇੱਕ ਪਾਦਰੀ ਮਿਲੇਗਾ, ਉਹ ਬੜਾ ਵੱਡਾ ਆਲਿਮ ਹੈ, ਉਹਨੂੰ ਜਾ ਕੇ ਮੇਰਾ ਪੈਗਾਮ ਦੇਵੀ ਤੇ ਉਹਦੇ ਕੋਲ ਇਲਮ ਸਿੱਖਣ ਲੱਗ ਜਾਈ। ਅੱਲਾਹ ਅਕਬਰ, ਪਾਦਰੀ ਫੋਤ ਹੋਇਆ, ਜਨਾਬ ਸਲਮਾਨ ਨੇ ਫਿਰ ਸਫ਼ਰ ਸ਼ੁਰੂ ਕਰ ਦਿੱਤਾ। ਇਹ ਨਹੀਂ ਆਖਿਆ
जिन्ना सिख लिया इन्ना ही पढ़ा है, जिन्ना सिख लिया इन्ना ही पढ़ा है, जिन्ना इलम आ गया है एदे नाल ही गुजारा करांगे। अल्लाहु अकबर। ए शाम ते अंदरों निकले ने, ए रात दे शहर मूसल दी तरफ सफर शुरू कर दिता है। अल्लाहु अकबर। दिल दे अंदर एक ही तड़पे हक लभ जाए। वल्लज़ीना जाहदू फीना लनहदियन्नहुम सुबुलना वइन्नल्लाह लमअल मुहसिनीन। हजरत सलमान सफर शुरू कर छड़िया, शाम अंदरों निकले ने, इराक का सफर शुरू हो गया। जिन्ना ने हक नू लभना चाहिया, जिन्ना ने कोई दीन वास्ते कुर्बानियां कीतियां ना, सफर किए ने। असी की करने, महल्ले की मस्जिद कोई दो फुट दूर हो जाए, असं आने दूर पढ़ी है मस्जिद, असी नमाज घर ही पढ़ांगे। मौल साहब सानू मस्जिद बड़ी दूर पैंदी, असी जुमा उत्थे नहीं पढ़ सकते। सानू मस्जिद बड़ी दूर पैंदी, असी जुमा जिथे लभ जाए उत्थे पढ़ छड़ी दा है। तो पढ़ी दा भी उदो है जो साडा टाइम लगे, जो साडा टाइम लगे, पांच मिनट रहिंदे हुंदे ने, असी नस के जाके जमात नाल रल जाने। उन्हां सफर कीते ने। हजरत सलमान फरमांदे ने, मैं सफर शुरू किया, मूसल दे इलाके अंदर पहुंचा वा, ते पादरी नूं जाके मिलिया। मैं आखिया, मैं तुहाडा बड़ा नाम सुनया है, फुला फुला मेरा उस्ताद है, मैं उहदे कोलों इलम सिखदा रहा वा, लिहाजा मेरे उस्ताद ने तुहाडा एड्रैस दिता है। अल्लाहु अकबर। ते मैं तुहाडे कोलों तौरात इंजील दा इलम सीखना चाहना वा, ईसाईयत दी तालीम लैना चाहना वा, इन्हां दोनों किताबां नूं पढ़ना चाहना, बगौर मुतालिया करना चाहना वा। उस्ताद ने आख्या, जी ठीक है, वेलकम, आ जाओ, मैं तुहानूं इलम सिखाना वा। जनाबे सलमान ने इलम सीखना शुरू कर दिता है। वक्त गुजरता रहा, कई साल इत्थे भी गुजार दिते ने इलम सिखदिया सिखदिया। फरमांदे ने, बंदा ये भी बड़ा चंगा ते बड़ा नेक बंदा है, इलम इन्हें मैनूं हक दा दिता, तौरात इंजील ने सही मानिया दे अंदर सिखाई है। फरमांदे ने, एक वक्त आया ए भी बंदा बीमार हो गया, अपने बुढ़ापे वाली उम्र दे अंदर सी, ए भी बीमार होया, ते मैनूं इंज लग्या जिवें ए भी बंदा फौत हो जाएगा। मैं इहदे कोल आया, मैं आख्या, उस्ताद जी, मैनूं लगदा तुसीं अगर दुनिया तों टुर गए ते मेरी इलम दी प्यास नहीं बुझी, मैं और इलम हासिल करना चाहना वा, अजे मेरी प्यास खत्म कोई नहीं हुई, लिहाजा मैं मजीद इलम लैना चाहना, किथे जावा। उस्ताद कहन लगा, पुत्र गल सुन लै, अगर मैं दुनिया तों टुर जावा, तू ए इलाका छड़ के पता किधर जाना है। जी उस्ताद जी, किधर जाना है? पर मैं पहले शाम अंदरों आया जी उस्ताद जी, हुण मूसल दे अंदर आ गया है जी। जी बिल्कुल आ गया वा। फरमाया, हुण मैं तैनूं दसन लगा वा, नसीब अहम दे इलाके अंदर जाना है, तुर्कियां दा इलाका, तुर्क मुल्क दे अंदर। अल्लाहु अकबर। ए शहर नसीब अहम, ओदे अंदर जावेंगा, ओथे तैनूं फुलां फुलां नाम दा बंदा मिलेगा, बड़ा वड्डा पादरी है, ओदे कोल वी ईसाईयत दा बड़ा इलम है। अल्लाहु अकबर। ए पादरी फौत होया, ते जनाब सलमान रज़ी अल्लाहु तआला अन्हु ने पास कोई नहीं कीती, हक दी तड़प दिल दे अंदर है, अल्लाह पाक दे राह नूं लभण दी तड़प ते लंदर है, सिराते मुस्तकीम नूं पाण दी तड़प ते लंदर है। सफर शुरू कर दिता, नसीब अहम दे इलाके अंदर तुर्कियां दा मुल्क आ गया, नसीब अहम शहर दे अंदर पहुंचे ने, उस पादरी दे कोल पहुंचे ते जाके तारफ करवाया, ओदे कोलों इलम सीखन लग पए ने। अल्लाहु अकबर। बड़ा इलम सीखिया, चंद साल गुजरे ने, वह भी पादरी बड़ा बुढ़ापे की उम्र वाला है, वह भी जदों बीमार होया, हज़रत सलमान कहंदे ने, जी मैं मजीद इलम हासिल करना चाहना, किथे जावा, ते अगर तुसी फौत हो गए ते मैनूं कोई राह दस दिओ ना। अल्लाहु अकबर। ये उस्ताद कहन लगा, अगर मैं फौत हो गया ते हुण ते दुनिया दे उत्ते अक्सर पादरी दुनिया तों टुर गए ने, साडा दीन खत्म हुंदा नज़र आ रहा है, किताबां दे अंदर भी लोगां ने मिलावट कर दित्ती है, किताबां दे अंदर भी लोगां ने दो नंबरियां कर दित्तियां ने, ईसाइयां ने अल्लाह पाक दी तौरात दियां भी किताबां बेच दित्तियां, ऐतां बेच दित्तियां, इंजील दियां किताबां भी बेच दित्तियां, ऐतां विचों कट दित्तियां। अल्लाहु अकबर। पैसे लै लै के अपनी मर्जी दियां ऐतां लिखदे रहे ने। अल्लाहु अकबर। लिहाजा एक बंदा रह गया जिहड़ा मेरे ज़हन अंदर बड़ा वड्डा आलिम है, जी किथे जावां, आंदे जी रूम दे अंदर जाणा है, रूम दा
شہر اموریہ نام ہے، اموریہ دے اندر جا جا کے علم سکھ لینا او بندہ ٹھیک ہے۔ جناب سلمان نے پھر نہیں آکھیا، جنہ سکھ لیا اتنا بڑا ہے۔ پھر سفر شروع کیتا، اموریہ دے اندر آ گئے، روم دا ملک آ گیا، آ کے اتھوں علم سیکھنا شروع کر دیتا، بڑا علم سیکھیا، نال اتھے انہوں نے اپنا کام کرنا شروع کر دیتا، نال تھوڑا بہت تجارت کری جا رہے نے۔ ایتھے کافی سال گزارے نے، ایتھے کافی زیادہ بکریاں تے گاواں بھی بنا لیاں، مال ڈنگر بڑا بنا لیا، اللہ اکبر درہم دینار بھی کافی بنا لے نے، نال نال علم سیکھی جا رہے نے، نال تو رات تین جیل دا مطالعہ جاری ہے تے نال اپنا پیسہ بھی کما رہے نے۔ اللہ اکبر، ایک گل یاد رکھیے، دنیا دے لوگو، پیسہ توانو دین کمان تو کدی بھی نہیں روکدا، دین توانو کدی بھی نہیں روکدا، دولت نہ کماو، دین توانو کدی نہیں روکدا، امیر نہ بنو۔ اللہ اکبر، نہ اللہ روکے ہے، نہ اللہ دے رسول نے روکے ہے، بلکہ دین توانو سکھاندا ہے تسی حق حلال دی کمائی کرو، دین توانو سکھاندا ہے دین دے نال اٹیچ بھی رہو، دین دار بھی بنو، جنے مرضی پیسے کما لو دین دار بنو، جنی مرضی دولت بنا لو دین دار بنو، جنی مرضی پراپرٹی کٹھی کر لو دین دار بن کے، دولت کمانا تہاڈا کم ہے تے اس تہاڈی دولت دے اندر برکت پانا عرشاں والے رب دا کم ہے۔ دین دولت کمان تو نہیں روکدا، دین آندا کماؤ، لیکن کماؤ حق حلال دا، ٹھگیاں نہ مارو، دان نہ لاؤ۔ حضرت سلمان فرماندے نے میں حق دے پیسے کمائے، کیڑے کمائے؟ حلال دی کمائی، گاواں وی بن گئیاں، بکریاں بن گئیاں۔ فرماندے اے وی استاد بیمار ہو گیا، میں پھر پریشان، میں استاد دے کول آیا، استاد جی تسی وی بڑی سخت شدت دی بیماری اندر آ گئے ہو، تہاڈی عمر بھی بڑی زیادہ ہو گئی ہے، اگر تسی دنیا تو ٹر جاؤ تے مینوں کوئی راہ دسو، میں علم جا کے کتھے سکھاں، کیڑے پاسے جاواں جتھے مینوں علم لب جاوے، حق دا علم لب جاوے۔ اللہ اکبر، میرے پیغمبر علیہ الصلوۃ والسلام دے صحابہ نے علم سیکھن واسطے شہراں دے سفر کیتے، پنڈاں دے سفر کیتے نے، میرے پیغمبر دے یاراں نے علم حاصل کرن دی خاطر اللہ اکبر ملکاں نوں ملک سفر کر کے گزار دیتے نے، ملکاں دے ملک کٹ چھڈے نے، زندگیاں کٹ دیتیاں نے سفر کر کے۔ اللہ اکبر، اللہ پاک نے میرے پیغمبر علیہ الصلوۃ والسلام دے یاراں دی ایسے ادا نوں ویکھیا کہ صحابہ کرام دیاں قربانیاں بڑیاں نے دین دی خاطر، صحابہ کرام دیاں قربانیاں بڑیاں نے دین حاصل کرن دی خاطر، حق نو تلاش کرن دی خاطر۔ اللہ پاک نے ایسے واتے اعلان بھی فرمایا، رضی اللہ عنہم ورضوا عنہ اولئک حزب اللہ علی ان حزب اللہ ہم المفلحون۔ صحابہ کرام نے قربانیاں دیتیاں نے، دین دی خاطر قربانیاں دیتیاں، سفر کیتے نے۔ اللہ اکبر، تے اج اسی تاں ہی پیار کرنے ہاں نبی پاک دے یاراں دے نال، تاں ہی محبتاں کرنے ہاں امیناں دے لال دے وفاداراں دے نال، تے میں تہاڈے سامنے دعوت فکر بھی دیواں۔ اللہ اکبر، او کر لے نبی تے صحابہ نال پیار، کر لے نبی تے صحابہ نال پیار، زندگی دے وچ ہوسی رونق بہار، کر لے نبی تے صحابہ نال پیار، زندگی دے وچ ہوسی رونق بہار، جن نے گھر بار سب دین تو لٹایا ہے، جن نے گھر بار سب دین تو لٹایا ہے، اونے کیویں حق بی بی فاطمہ دکھایا ہے، اونے کیویں حق بی بی فاطمہ دکھایا ہے۔ بنتا بن بنگی ایویں چبلا نہ مار، بنتا بن بنگی ایویں چبلا نہ مار، کر لے نبی تے صحابہ نال پیار، کر لے نبی تے صحابہ نال پیار، صدیق دی صداقت اقرار کر لے، عمر بہادر جرار
صدیق فاروق دا تُو بن ہو بدار صدیق فاروق دا تُو بن ہو بدار کر لے نبی دے صحابہ نال پیار تے انہاں دا آپس اندر پیار کہتا ہے صحابہ کرام دا لوکیاں دے لڑدے سن لڑدے سن لڑدے سن تے میں دساں شادی سنے علی دی تے خرچ عثمان دا شادی سنے علی دی تے خرچ عثمان دا علی نال پیار ویکھ ابن عفان دا علی نال پیار ویکھ ابن عفان دا علی نال پیار ویکھ ابن عفان دا علی عثمان دوواں پکے ہن یار کر لے نبی دے صحابہ نال پیار تے گل سنیے جڑا صحابہ دے بارے تبرع کردا زباناں نکالدا ہے تے ساڈا اودے بارے اعلان ہے صحابہ نو جو پونکے او نطفہ حرامی ہے صحابہ نو جو پونکے او نطفہ حرامی ہے بد کردار دی اے کوئی نشانی ہے بد کردار دی اے کوئی نشانی ہے دشمن سا خواب دا بدبودار دشمن سا خواب دا بدبودار کر لے نبی دے صحابہ نال پیار او جڑے جڑے پیار کر دیو کہاں سبحان اللہ اللہ اکبر پیار کرنا نبی پاک علیہ الصلوۃ والسلام دے صحابہ دے نال اللہ اکبر گل دور نہ نکل جائے سیدنا سلمان فارسی رضی اللہ تعالی عنہ کو فرما دے میں اپنے استاد دے کول آیا ہاں میں آکھیا استاد جی مینوں دسو نا اگر تسی دنیا تو ٹر جاؤ تے میرا دل کردا میں مزید علم حاصل کراں مزید حق دی راہ دے اندر نکلاں تے میں کیڑے پاسے جاواں کتھے جاواں اللہ اکبر استاد کہنے لگا پتر میرے ذہن اندر اس ٹائم کوئی بھی عالم نہیں بچیا نہ کوئی یہودیاں دا عالم بچیا ہے نہ کوئی میرے سامنے عیسائیاں دا عالم بچیا ہے سارے لوگ دنیا تو ٹر گئے نے اچھے اچھے بندے تے ہن دنیا دے اوتے ایسے لوگ رہ گئے نے جڑے تین دناں تے فراڈ لاندے پے نے اللہ اکبر ساڈیاں کتاباں دے مطابق ساڈا دین ختم ہون والا ہے ساڈے دین دی مدت ختم ہون والی ہے اللہ اکبر اچھا استاد جی دین مک گیا میں کڑے پاسے جاواں گا کتھے جاواں حق کتھوں لے کے آواں استاد کہن لگا سلمان پریشان نہ ہو اللہ اکبر میں تینوں ایک اور بھی خوشخبری دینا واں ساڈا دین مکن والا ہے لیکن ساڈے دین تو بعد آخری نبی آن والا ہے ساڈے دین تو بعد آخری نبی دا ظہور ہون والا ہے تے مینوں لگدا وقت قریب قریب ہے اللہ اکبر اگر تینوں موقع مل جائے عرب دے شہر اندر پہنچ جا او نبی مکے اندر آئے گا تے کچھ دیر مکے اندر گزارے گا بعد اندر مدینے دی بستی اندر آئے گا اللہ اکبر تینوں میں نشانیاں دس دینا وا او نبی دی نشانیاں اے ہون گیاں جیڑی بستی اندر آئے گا کھجوراں والی بستی ہوئے گی اللہ اکبر اوتھے کھجوراں بڑیاں لگدیاں نے پہلی نشانی ہے تے دوسری نشانی سن لے تے جدوں اس نبی دے کول جانا ہے اگر اونوں پہچاننا ہے تے تینوں میں دوسری نشانی دس دینا وا جی استاد جی نشانی دسنا اے پادری کہن لگا دوسری نشانی ہے او نبی جدوں بھی اوندے سامنے صدقہ پیش کیتا جاندا اور صدقہ نہیں کھاندا اللہ اکبر صدقے دا مال او نبی نہیں کھایا کردا تے نہ اس نبی دی آل کھاندی ہے صدقہ ٹھیک ہے استاد جی تو نشانیاں ہو گئیاں اور نشانی بیان کرنا اللہ اکبر پادری کہن لگا تیسری نشانی اس نبی دی اس نبی نو جدوں لیا کے تحفہ دو گے تحفہ قبول کرے گا صدقہ تے کھاندا کوئی نہیں تحفے دے اندر کھان والی چیز دے وہ کھا بھی لوے گا کوئی اور چیز استعمال والی دے وہ استعمال بھی کر لوے گا تے چوتھی نشانی اس نبی دی اس نبی دی دوواں کندیاں دے درمیان اللہ پاک نے مہر نبوت دا ٹھپا لایا ہے اللہ اکبر اے نشانیاں نے اگر تینوں آخری نبی
मिल जाए, निशानियां वेख कलमा पढ़ के मुसलमान हो जा, निशानियां वेख उम्मती बन जा। जनाबे सलमान वर्मा ने मैं आखिया ठीक है मैं सफर शुरू करना वा, मैं आखिरकार काफले लभदा रहा, केड़ा काफला मिले कि जड़ा रूम के अंदरों लैके मैनू अरब की सरजमीन अंदर जाए। अल्लाह अकबर हजरत सलमान फरमा ने एक दिन एक काफला आया ते काफले वाले मेरे सामने मैं किधर चले हो, उन्हें आख्या जी असि अरब अंदरों आए हाँ, अरब अंदर वापिस जाना चाहते हाँ। तो हजरत सलमान फरमा ने मैं उन्होंने सामने अपनिया गावं दियाँ लैणा ला दतिया, बकरिया दियाँ लैणा उन्होंने सामने ला दतिया, दिरम ते दिनार उन्होंने सामने रख दिते ने। मैं आख्या अरब अंदर जान वाले हो मैनू भी ना लै जाओ रब दी सरजमीन अंदर, उन्हें आख्या जी किस शर्त उत्ते लैके जाइए, एक कहन लगने गावं सारिया तुहानू दे छड्डांगा, बकरियां सारिया तुहानू दे छड्डांगा, सारी कमाई तुहानू दे छड्डांगा, लेकिन मैं हक लभना चाहना वा। अल्लाह अकबर रब तआला दा सच्चा दीन लभना चाहना वा, रब दा पैगंबर लभना चाहना वा। अल्लाह अकबर मैं सदके जावां, इन्होंने आख्या जी ठीक है लियाओ सानू गाइया जमा करवा दियो, बकरियां भी लै लिया गावं भी लै लिया पैसे भी लै लेने। तो जनाबे सलमान इन्हों के नाल चलते पैने, आखिरकार इन्होंने चलद्या चलद्या मदीने दे आवन तो पहले पहले इन्होंने एक इलाके के अंदर पड़ाव डालिया, उत्थे जनाबे सलमान उत्ते इन्होंने जुलम किया। अल्लाह अकबर तो इन्होंने उन्होंने गुलाम बना के एक यहूदी के हाथ अंदर फरोखत कर दिता। ते हजरत सलमान फरमाते ने अल्लाह सोनिया हर शह छड़ दी है, हर शह कुर्बान करके आया वा, अल्लाह इन्होंने मेरे नाम धोखा किया है। अल्लाह अकबर ते ए नहीं पता इस धोखे की वजह तो रब ने तेरे मुकद्दर तार देने ने। मैं आख्या करना वा सलमान तू परेशान हो गया कि मेरे पर पता नहीं अल्लाह की तरफों अजमैश आ गई है, इन्होंने मेरे नाल फराड किया ते धोखा किया, तेरे नाल फराड ते अल्लाह तेरे ते एडा मेहरबान है, उन्हें धोखा तेरे नाल कीता है, अल्लाह ने तेनु सोने नबी दा उम्मती बनाम दा फैसला कर छड़िया है, उन्हें धोखा कीता ते सलमान परेशान क्यों है, उन्हें तेनु वेच दिता परेशान ना हो, अल्लाह ने तेनु सोने दा उम्मती बनाम दा फैसला कर छड़िया। सब कुछ टुर जाए लेकिन सोने की रफाकत लभ जाए अदों वड्डी दौलत लभ नहीं सकती। दुआ करो अल्लाह पाक सोने का पक्का सच्चा प्यार अता फरमाए। ए वेखो कैसा परवाना है, हर शहर छड़ दीती है। आखिरकार जिस यहूदी ने जनाबे सलमान नू खरीदया, इन्हें मक्के दे करीब जाके अल्लाह अकबर खजूरां दा इलाका जनाबे सलमान ने वेख्या, मदीने अंदर दाखिल कोई नहीं हुई, मदीने बार बार बस्ती दे अंदर इस यहूदी दे बाग अंदर काम करन लग पैने। सलमान फरमांदे ने जदों मैं खजूरां दे बाग उत्ते नज़र मारीए हर पासे खजूरां नज़र आंदियां पईयां ने, ते मैनू अपने उस्ताद की गल याद आ गई, ते मेरे उस्ताद ने आख्या सी सलमान पहली निशानी उस नबी दी खजूरां वाली बस्ती अंदर आएगा। अल्लाह अकबर जनाबे सलमान फरमांदे ने मेरा दिल खुश होन लग पिया, लगदा मैं सही जगह उत्ते आ गया वा, लगदा मैं सही मुकाम उत्ते आ गया वा। फरमांदे ने कुछ दिन गुजरे ने, इस यहूदी का एक चचा जात भाई मदीने अंदर रहा, वह इनू मिलन वास्ते आया, तो उन्हें मैनू वेख्या तो कहता जी मैनू गुलाम बेच दे। हजरत सलमान फरमांदे ने उस यहूदी ने अपने दूसरे यहूदी नू बेच दिता, उन्हें लिया के मैनू मदीने के अंदर अपने पाक की रखवाली करन ते ला दिता। फरमा तेरे जड़िया निशानियां मेरे उस्ताद ने दसिया सन के पत्थरीली जमीन है, अल्लाह अकबर दो पहाड़ों के दरम्यान बस्ती होएगी, उसके अंदर खजूर ही खजूर होनगियां, उत्थे नबी आएगा। फरमांदे ने मैं वेख्या मदीने अंदरों पहाड़ भी नजर आ रहे हैं, उत्थे खजूर की बस्ती भी नजर आ रही है। फरमांदे ने मेरा दिल बड़ा राजी होया, मैं आख्या सलमान दौलत टुर गई फिर की गल है, गावं टुर गई ने फिर की गल है, बकरियां टुर गई फिर की गल है, लगता तू हक के नेड़े हो गए हैं। अल्लाह अकबर फरमांदे ने चंद दिन गुजरे ने, उत्थे मेरे पैगंबर अलैहिस सलातु सलाम दा आना हो गया, मक्के नू छड़ के हुजूर मदीने अंदर आ गए ने। फरमांदे ने एक
ਬੰਦਾ ਨਸਾ ਨਸਾ ਆਇਆ ਤੇ ਉਹਨੇ ਆ ਕੇ ਮੈਨੂੰ ਆਖਿਆ ਅੱਲਾਹੁ ਅਕਬਰ ਮੈਂ ਖਜੂਰਾਂ ਦੇ ਉੱਤੇ ਸਫਾਈ ਕਰਨ ਦੇ ਆਵਾਂ ਖਜੂਰਾਂ ਦੇ ਫਲ ਉਤਾਰਦਾ ਪਿਆ ਵਾਂ ਫਰਮਾਉਂਦੇ ਨੇ ਮੇਰੇ ਮਾਲਿਕ ਦੇ ਕੋਲ ਆਇਆ ਮੈਂ ਵੀ ਉੱਪਰ ਮੈਂ ਸੁਣਦਾ ਪਿਆ ਵਾਂ ਮੇਰਾ ਮਾਲਿਕ ਅੱਜ ਨੀਚੇ ਬੈਠਾ ਉਹ ਆ ਕੇ ਕਹਿੰਦਾ ਓਏ ਤੈਨੂੰ ਨਹੀਂ ਪਤਾ ਮਦੀਨੇ ਅੰਦਰ ਮੁਹੰਮਦ ਰਸੂਲੁੱਲਾ ਆ ਗਏ ਨੇ ਤੈਨੂੰ ਨਹੀਂ ਪਤਾ ਆਖਰੀ ਨਬੀ ਨੇ ਨਬੂਵਤ ਦਾ ਐਲਾਨ ਕਰ ਦਿੱਤਾ ਹੈ ਜਨਾਬੇ ਸਲਮਾਨ ਨੇ ਸੁਣਿਆ ਫਰਮਾਉਂਦੇ ਨੇ ਮੇਰਾ ਦਿਲ ਇੰਜ ਕਰੇ ਮੈਂ ਇੱਥੋਂ ਹੀ ਛਾਲ ਮਾਰ ਕੇ ਥੱਲੇ ਆ ਜਾਵਾਂ ਅੱਲਾਹੁ ਅਕਬਰ ਫਰਮਾਉਂਦੇ ਨੇ ਮੈਨੂੰ ਇੰਜ ਲੱਗਦਾ ਮੈਂ ਥੱਲੇ ਡਿੱਗ ਜਾਣਾ ਹੈ ਮੈਂ ਜਲਦੀ ਦੇ ਨਾਲ ਥੱਲੇ ਆਇਆ ਵਾਂ ਅਤੇ ਮੈਂ ਨੀਚੇ ਆ ਕੇ ਆਪਣੇ ਸਰਦਾਰ ਦੇ ਸਾਹਮਣੇ ਆਖਿਆ ਮੈਨੂੰ ਦੱਸੋ ਕੌਣ ਆਇਆ ਅਤੇ ਕਿੱਥੇ ਆਇਆ ਹੈ ਅੱਲਾਹੁ ਅਕਬਰ ਸਰਦਾਰ ਬੜੇ ਗੁੱਸੇ ਅੰਦਰ ਆਇਆ ਉਹਨੇ ਜ਼ੋਰਦਾਰ ਤਮਾਚਾ ਮੇਰੇ ਮੂੰਹ 'ਤੇ ਮਾਰਿਆ ਕਹਿਣ ਲੱਗਾ ਜਾ ਕੇ ਤੂੰ ਕੰਮ ਕਰ ਆਪਣਾ ਤੂੰ ਮੇਰਾ ਨੌਕਰ ਹੈ ਬਾਗ ਦੀ ਰਖਵਾਲੀ ਕਰਿਆ ਕਰ ਬਾਗ ਦੀਆਂ ਖਜੂਰਾਂ ਦਾ ਖਿਆਲ ਕਰਿਆ ਕਰ ਤੈਨੂੰ ਕੀ ਲੱਗੇ ਕਿਹੜਾ ਆਇਆ ਅਤੇ ਕਿੱਥੇ ਆਇਆ ਹੈ ਅੱਲਾਹੁ ਅਕਬਰ ਹਜ਼ਰਤ ਸਲਮਾਨ ਫਰਮਾਉਂਦੇ ਨੇ ਥੱਪੜ ਵੀ ਖਾਧਾ ਫਿਰ ਵੀ ਮੈਂ ਦਿਲ ਨਹੀਂ ਛੋਟਾ ਕੀਤਾ ਅੱਲਾਹੁ ਅਕਬਰ ਮੈਂ ਟੁਰ ਗਿਆ ਆਪਣਾ ਕੰਮ ਕਰਨ ਵਾਸਤੇ ਆਖਰਕਾਰ ਮੈਨੂੰ ਪਤਾ ਚੱਲਿਆ ਕਿ ਨਬੀ ਪਾਕ ਕੁਬਾ ਦੀ ਬਸਤੀ ਦੇ ਅੰਦਰ ਠਹਿਰੇ ਹੋਏ ਨੇ ਅੱਲਾਹੁ ਅਕਬਰ ਅਤੇ ਹਜ਼ਰਤ ਸਲਮਾਨ ਫਰਮਾਉਂਦੇ ਨੇ ਮੈਂ ਵੇਖਿਆ ਮੈਂ ਕਿਹਾ ਚੰਦ ਦਿਨ ਗੁਜ਼ਰ ਜਾਵਣ ਅਤੇ ਚੰਦ ਦਿਨ ਗੁਜ਼ਰਨ ਤੋਂ ਬਾਅਦ ਫਿਰ ਮੈਨੂੰ ਪਤਾ ਚੱਲਿਆ ਕਿ ਨਬੀ ਪਾਕ ਮਦੀਨੇ ਅੰਦਰ ਆ ਗਏ ਨੇ ਕੁਬਾ ਨੂੰ ਛੋੜ ਕੇ ਨਬੀ ਪਾਕ ਮਦੀਨੇ ਅੰਦਰ ਇੰਟਰ ਹੋ ਗਏ ਨੇ ਅੱਲਾਹੁ ਅਕਬਰ ਸਲਮਾਨ ਫਰਮਾਉਂਦੇ ਨੇ ਮੈਂ ਸੋਹਣੀਆਂ ਸੋਹਣੀਆਂ ਖਜੂਰਾਂ ਜਮ੍ਹਾਂ ਕਰਦਾ ਰਿਹਾ ਚੰਗੀਆਂ ਚੰਗੀਆਂ ਖਜੂਰਾਂ ਜਮ੍ਹਾਂ ਕਰਦਾ ਰਿਹਾ ਮੈਂ ਆਖਿਆ ਵੇਖਾਂ ਤੇ ਸਹੀ ਨਾ ਨਿਸ਼ਾਨੀਆਂ ਪੂਰੀਆਂ ਕਰਾਂ ਸੋਹਣੇ ਨਬੀ ਦਾ ਕਲਮਾ ਪੜ੍ਹ ਲਵਾਂ ਫਰਮਾਉਂਦੇ ਨੇ ਮੈਂ ਸੋਹਣੀਆਂ ਸੋਹਣੀਆਂ ਖਜੂਰਾਂ ਜਮ੍ਹਾਂ ਕਰਦਾ ਰਿਹਾ ਇੱਕ ਰੁਮਾਲ ਅੰਦਰ ਪੈਕ ਕੀਤੀਆਂ ਅਤੇ ਇੱਕ ਦਿਨ ਰੁਮਾਲ ਲੈ ਕੇ ਨਬੀ ਪਾਕ ਦੇ ਕੋਲ ਆਇਆ ਵਾਂ ਅਤੇ ਨਬੀ ਪਾਕ ਦੇ ਸਹਾਬਾ ਵੀ ਬੈਠੇ ਨੇ ਅਤੇ ਜਨਾਬੇ ਸਲਮਾਨ ਫਰਮਾਉਂਦੇ ਨੇ ਮੈਂ ਇੰਝ ਨਬੀ ਪਾਕ ਦੇ ਸਾਹਮਣੇ ਖਜੂਰਾਂ ਖੋਲੀਆਂ ਮੈਂ ਆਖਿਆ ਸੋਹਣਿਆ ਮੈਂ ਸਦਕੇ ਦੀਆਂ ਖਜੂਰਾਂ ਲੈ ਕੇ ਆਇਆ ਵਾਂ ਖਾ ਲਵਾਉਣਾ ਅਤੇ ਨਾਲ ਆਪਣੇ ਜਿਹੜੇ ਤੁਹਾਡੇ ਸਹਾਬਾ ਨੇ ਇਹਨਾਂ ਨੂੰ ਵੀ ਖਿਲਾ ਦਿਓ ਅਤੇ ਮੇਰੇ ਪੈਗੰਬਰ ਮੁਸਕੁਰਾਏ ਨੇ ਅਤੇ ਮੇਰੇ ਨਬੀ ਨੇ ਖਜੂਰਾਂ ਇਹਨਾਂ ਵੱਲ ਕਰ ਦਿੱਤੀਆਂ ਇਹ ਕਹਿੰਦਾ ਤੁਸੀਂ ਕਿਉਂ ਨਹੀਂ ਖਾਂਦੇ ਅਤੇ ਮੇਰੇ ਨਬੀ ਨੇ ਫਰਮਾਇਆ ਮੈਂ ਸਦਕਾ ਖਾਂਦਾ ਨਬੀ ਮੈਨੂੰ ਫਰਮਾਇਆ ਮੈਂ ਸਦਕਾ ਖਾਂਦਾ ਹਜ਼ਰਤ ਸਲਮਾਨ ਨੇ ਸੁਣੀ ਸਲਮਾਨ ਆਉਂਦੇ ਨੇ ਮੇਰਾ ਦਿਲ ਕਰੇ ਮੈਂ ਨਬੀ ਪਾਕ ਦਾ ਹੁਣੇ ਹੀ ਮੁਰੀਦ ਹੋ ਜਾਵਾਂ ਇੱਕ ਹੋਰ ਨਿਸ਼ਾਨੀ ਪੂਰੀ ਹੋ ਗਈ ਹੈ ਇੱਕ ਹੋਰ ਨਿਸ਼ਾਨੀ ਲੱਭ ਗਈ ਹੈ ਨਬੀ ਪਾਕ ਸਦਕਾ ਨਹੀਂ ਖਾਂਦੇ ਮੇਰੇ ਉਸਤਾਦ ਨੇ ਵੀ ਦੱਸਿਆ ਤੁਰਾਤ ਇੰਜੀਲ ਅੰਦਰ ਨਿਸ਼ਾਨੀਆਂ ਵੀ ਲਿਖੀਆਂ ਨੇ ਫਰਮਾਉਂਦੇ ਨੇ ਮੈਂ ਬੜਾ ਰਾਜ਼ੀ ਹੋਇਆ ਕਿ ਸੋਹਣੇ ਨਬੀ ਨੇ ਸਦਕਾ ਨਹੀਂ ਖਾਧਾ ਚੰਦ ਦਿਨ ਗੁਜ਼ਰੇ ਮੈਂ ਫਿਰ ਚੰਗੀਆਂ ਚੰਗੀਆਂ ਖਜੂਰਾਂ ਜਮ੍ਹਾਂ ਕੀਤੀਆਂ ਫਿਰ ਲੈ ਕੇ ਨਬੀ ਪਾਕ ਦੇ ਕੋਲ ਆਇਆ ਸੋਹਣਿਆ ਅੱਜ ਮੈਂ ਤੁਹਾਡੇ ਲਈ ਤੋਹਫਾ ਲੈ ਕੇ ਆਇਆ ਵਾਂ ਗਿਫਟ ਲੈ ਕੇ ਆਇਆ ਵਾਂ ਅਤੇ ਸੋਹਣੇ ਨਬੀ ਨੇ ਖਜੂਰਾਂ ਕਰੀਬ ਕੀਤੀਆਂ ਸਭ ਤੋਂ ਪਹਿਲੇ ਮੇਰੇ ਨਬੀ ਨੇ ਖਜੂਰ ਪਕੜ ਕੇ ਆਪਣੇ ਮੂੰਹ ਮੁਬਾਰਕ ਅੰਦਰ ਡਾਲੀਏ ਅੱਲਾਹੁ ਅਕਬਰ ਅਤੇ ਸਲਮਾਨ ਕਹਿੰਦੇ ਨੇ ਸੋਹਣਿਆ ਅੱਜ ਖਾ ਲਈਏ ਫਰਮਾਇਆ ਸਲਮਾਨ ਮੈਂ ਤੋਹਫੇ ਨੂੰ ਕਬੂਲ ਕਰ ਲੈਣਾ ਵਾਂ ਅੱਲਾਹੁ ਅਕਬਰ ਹਜ਼ਰਤ ਸਲਮਾਨ ਫਰਮਾਉਂਦੇ ਨੇ ਮੈਂ ਫਿਰ ਰਾਜ਼ੀ ਹੋਇਆ ਮੇਰਾ ਦਿਲ ਬੜਾ ਰਾਜ਼ੀ ਹੋਇਆ ਮੈਂ ਅੰਦਰੋਂ ਅੰਦਰ ਹੀ ਲੱਗਦਾ ਜਿਵੇਂ ਫਿਰ ਜ਼ਿੰਦਾ ਹੋ ਗਿਆ ਵਾਂ ਲੱਗਦਾ ਜਿਵੇਂ ਨਬੀ ਪਾਕ ਦੀਆਂ ਆਖਰੀ ਨਿਸ਼ਾਨੀ ਰਹਿ ਗਈ ਹੈ ਬਾਕੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਹੋ ਗਈਆਂ ਅੱਲਾਹੁ ਅਕਬਰ ਜਨਾਬੇ ਸਲਮਾਨ ਫਰਮਾਉਂਦੇ ਨੇ ਮੈਂ ਪਾਕ ਅੰਦਰ ਵਾਪਿਸ ਟੁਰ ਗਿਆ ਵਾਂ ਅਤੇ ਆਖਿਰਕਾਰ ਜਦੋਂ ਨਬੀ ਪਾਕ ਅਲੈਹਿ ਸਲਾਤੁ ਸਲਾਮ ਦੀ ਮਜਲਿਸ ਅੰਦਰ ਮੈਂ ਅਕਸਰ ਆਉਣਾ ਅਤੇ ਆ ਕੇ ਨਬੀ ਪਾਕ ਦੀ ਕੰਡ ਵੱਲ ਪੈ ਜਾਣਾ ਆ ਕੇ ਨਬੀ ਪਾਕ ਦੇ ਪਿੱਛੇ ਪੈ ਜਾਣਾ ਕਾਸ਼ ਮੈਨੂੰ ਮੋਹਰੇ ਨਬੂਵਤ ਮਿਲ ਜਾਏ ਨਬੀ ਪਾਕ ਅਲੈਹਿ ਸਲਾਤੁ ਸਲਾਮ ਦੇ ਦੋਨਾਂ ਕੰਧਿਆਂ ਦੇ ਦਰਮਿਆਨ ਅੱਲਾਹੁ ਅਕਬਰ ਕਬੂਤਰ ਦੇ ਅੰਡੇ ਦੇ ਮੁਤਾਬਿਕ ਉਹਦੇ ਬਰਾਬਰ ਅੱਲਾਹ ਪਾਕ ਨੇ ਮੋਹਰੇ ਨਬੂਵਤ ਮੇਰੇ ਨਬੀ ਨੂੰ ਲਾ ਕੇ ਭੇਜੀ ਸੀ ਅੱਲਾਹੁ ਅਕਬਰ ਅਤੇ ਸਲਮਾਨ ਫਰਮਾਉਂਦੇ ਨੇ ਮੈਂ ਆਖਿਆ ਉਹ ਵੀ ਨਿਸ਼ਾਨੀ ਮਿਲੇ ਅਤੇ ਸੋਹਣੇ ਦਾ ਕਲਮਾ ਪੜਾ ਅਕਸਰ ਆ ਕੇ ਪੈ ਜਾਣਾ ਫਰਮਾਉਂਦੇ ਨੇ ਇੱਕ ਦਿਨ ਨਬੀ ਪਾਕ ਅਲੈਹਿ ਸਲਾਤੁ ਸਲਾਮ ਬਕੀ ਦੇ ਕਬਰਸਤਾਨ ਅੰਦਰ ਆਏ ਨੇ ਕੋਈ ਸਹਾਬੀ ਫੌਤ ਹੋ ਗਿਆ ਉਹਦਾ ਜਨਾਜ਼ਾ ਨਬੀ ਪਾਕ ਨੇ ਪੜ੍ਹਾਇਆ ਅਤੇ ਉਹਨੂੰ ਦਫ਼ਨ ਕਰਨ ਲੱਗੇ ਨੇ ਮੈਂ ਬਾਰ ਬਾਰ ਨਬੀ ਪਾਕ ਦੀ ਕੰਡ ਵੱਲ ਆ ਜਾਵਾਂ ਅਤੇ ਨਬੀ ਪਾਕ ਨੇ ਵੇਖਿਆ
ਤੇ ਨਬੀ ਪਾਕ ਨੇ ਸੁਣ ਵੇਖਿਆ ਤੇ ਮੇਰੇ ਨਬੀ ਸਮਝ ਗਏ ਨੇ, ਲੱਗਦਾ ਇਹ ਬੰਦਾ ਮੇਰੀ ਮੋਹਰੇ ਨਬੂਵਤ ਵੇਖਣਾ ਚਾਹੁੰਦਾ ਹੈ, ਲੱਗਦਾ ਮੋਹਰੇ ਨਬੂਵਤ ਨੂੰ ਤੱਕਣ ਵਾਸਤੇ ਬਾਰ ਬਾਰ ਪਿੱਛੇ ਹੁੰਦਾ ਪਿਆ ਹੈ। ਤੇ ਜਨਾਬ ਸਲਮਾਨ ਫਰਮਾਉਂਦੇ ਨੇ ਨਬੀ ਪਾਕ ਨੇ ਇੰਜ ਆਪਣੀ ਚਾਦਰ ਪਿੱਛੇ ਹਟਾ ਦਿੱਤੀ ਹੈ, ਕੰਧਿਆਂ ਤੋਂ ਮੇਰੇ ਨਬੀ ਨੇ ਚਾਦਰ ਨੀਚੇ ਕਰ ਲਈ ਹੈ। ਜਨਾਬ ਸਲਮਾਨ ਨੇ ਇੱਧਰ ਮੇਰੇ ਨਬੀ ਦੀ ਮੋਹਰੇ ਨਬੂਵਤ ਵੇਖੀ ਹੈ ਤੇ ਨੱਸ ਕੇ ਮੇਰੇ ਨਬੀ ਨੂੰ ਜੱਫਾ ਪਾ ਲਿਆ, ਮੇਰੇ ਨਬੀ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਨਬੀ ਪਾਕ ਦੀ ਮੋਹਰੇ ਨਬੂਵਤ ਨੂੰ ਚੁੰਮੀ ਜਾਂਦੇ ਨੇ, ਮੇਰੇ ਪੈਗੰਬਰ ਦੀ ਮੋਹਰੇ ਨਬੂਵਤ ਨੂੰ ਪੋਸੇ ਦੇ ਜਾਂਦੇ ਨੇ ਤੇ ਮੇਰੇ ਪੈਗੰਬਰ ਲਈ ਸਲਾਤੋ ਸਲਾਮ ਪੁੱਛਦੇ ਆਉਣਗੇ। ਉਹ ਦਸ ਪਰਵਾਨਿਆਂ ਇਹ ਕੀ ਕਰਦਾ ਪਿਆ ਹੈ, ਉਹ ਦਸ ਸਲਮਾਨ ਇਹ ਕੀ ਕਰਦਾ ਪਿਆ, ਸਲਮਾਨ ਦਾ ਇਮਾਨ ਕਹਿੰਦਾ ਪਿਆ ਹੈ, ਸਲਮਾਨ ਦਾ ਦਿਲ ਕਹਿੰਦਾ ਪਿਆ ਹੈ, ਸਲਮਾਨ ਦੀ ਰੂਹ ਵੀ ਇਹ ਕਹਿੰਦੀ ਪਈ ਹੈ, ਸੋਹਣਿਆ ਤੁਹਾਡੀ ਮੋਹਰੇ ਨਬੂਵਤ ਤੱਕੀ ਹੈ, ਮੇਰਾ ਇਮਾਨ ਹੈ ਤੁਹਾਡੇ ਜਿਸਮ ਨਾਲ ਮੇਰਾ ਜਿਸਮ ਟੱਚ ਹੋ ਜਾਏਗਾ, ਅੱਲਾ ਪਾਕ ਦੀ ਕਸਮ ਹੈ ਅੱਲਾ ਮੇਰੇ ਤੇ ਜਹੰਨਮ ਦੀ ਅੱਗ ਨੂੰ ਹਰਾਮ ਕਰ ਛੱਡੇਗਾ। ਹਜ਼ਰਤ ਸਲਮਾਨ ਫਰਮਾਉਂਦੇ ਨੇ ਮੈਂ ਨਬੀ ਪਾਕ ਦੀ ਮੋਹਰੇ ਨਬੂਵਤ ਨੂੰ ਚੁੰਮੀ ਜਾ ਰਿਹਾ ਵਾਂ ਤੇ ਮੇਰੇ ਨਬੀ ਨੇ ਇੰਜ ਮੈਨੂੰ ਫੜਿਆ, ਪਰਵਾਨਿਆਂ ਦੱਸਣਾ ਕੀ ਗੱਲ ਏ। ਹਜ਼ਰਤ ਸਲਮਾਨ ਨੇ ਸਾਰੀ ਗੱਲ ਸੁਣਾਈ ਏ, ਸੋਹਣਿਆ ਇੰਜ ਮੈਂ ਟੁਰਿਆ ਵਾਂ, ਫਾਰਸ ਦੇ ਇਲਾਕੇ ਦੇ ਅੰਦਰੋਂ ਟੁਰਿਆ ਵਾਂ, ਸਾਰੇ ਸ਼ਹਿਰ ਖੰਗਾਲ ਛੱਡੇ ਨੇ, ਸ਼ਾਮ ਦੇ ਅੰਦਰ ਗਿਆ ਵਾਂ, ਇਰਾਕ ਅੰਦਰ ਗਿਆ ਵਾਂ, ਤੁਰਕ ਅੰਦਰ ਗਿਆ ਵਾਂ, ਸੋਹਣਿਆ ਰੂਮ ਅੰਦਰੋਂ ਤੁਹਾਡਾ ਪਤਾ ਲੱਗਿਆ ਤੇ ਇੱਧਰ ਆ ਗਿਆ ਵਾਂ। ਅੱਲਾ ਦੇ ਨਬੀ ਜੀ ਬੜੀ ਸਫ਼ਰ ਕਰਕੇ ਆਇਆ ਵਾਂ, ਬੜਾ ਲੰਬਾ ਸਫ਼ਰ ਕੀਤਾ ਏ। ਅੱਲਾਹੁ ਅਕਬਰ, ਜਦੋਂ ਟੁਰਿਆ ਸਾਂ ਉਦੋਂ ਮੈਨੂੰ ਦਾੜੀ ਮੁੱਛਾਂ ਕੋਈ ਨਹੀਂ ਸਨ ਆਇਆ ਤੇ ਅੱਜ ਜਦੋਂ ਤੁਸੀਂ ਮਿਲੇ ਉਹ ਸੋਹਣਿਆ ਮੇਰੀ ਸਾਰੀ ਦਾੜੀ ਦੇ ਸਵਾਲ ਸਫੈਦ ਹੋ ਗਏ ਨੇ, ਸਰ ਦੇ ਵਾਲ ਸਾਰੇ ਚਿੱਟੇ ਹੋ ਗਏ ਨੇ, ਸਾਰੀ ਉਮਰ ਤੁਹਾਨੂੰ ਲੱਭਣ ਅੰਦਰ ਗੁਜ਼ਾਰ ਦਿੱਤੀ ਹੈ, ਸਾਰੀ ਉਮਰ ਮੈਂ ਹੱਕ ਨੂੰ ਤਲਾਸ਼ ਕਰਨ ਅੰਦਰ ਗੁਜ਼ਾਰ ਦਿੱਤੀ ਹੈ। ਸੋਹਣਿਆ ਇਸ ਤੋਂ ਪਹਿਲੇ ਕਿ ਸਲਮਾਨ ਨੂੰ ਮੌਤ ਆ ਜਾਏ ਮੈਨੂੰ ਆਪਣਾ ਕਲਮਾ ਪੜਾ ਕੇ ਮੁਰੀਦ ਕਰ ਲੈਣਾ। ਅੱਲਾਹੁ ਅਕਬਰ, ਮੇਰੇ ਪੈਗੰਬਰ ਅਲੈਹਿਸ ਸਲਾਤੂ ਵਸਲਾਮ ਨੇ ਸੁਣਿਆ ਤੇ ਮੇਰੇ ਪੈਗੰਬਰ ਸੁਣ ਕੇ ਰੋਣ ਲੱਗ ਪਏ ਨੇ। ਵੇਖੋ ਨਾ ਕਿੰਨਾ ਸਫ਼ਰ ਕਰਕੇ ਆਇਆ ਹੈ, ਕਿੰਨੀਆਂ ਕੁਰਬਾਨੀਆਂ ਦੇ ਕੇ ਆਇਆ ਹੈ। ਅੱਲਾਹੁ ਅਕਬਰ, ਇੱਧਰ ਮੇਰੇ ਨਬੀ ਨੇ ਕਲਮਾ ਪੜਾਇਆ ਤੇ ਮੈਂ ਤੇ ਅੱਖਾਂ ਕਰਨਾ ਵਾਂ, ਸਾਰਾ ਕੁਝ ਸਲਮਾਨ ਨੇ ਛੱਡਿਆ ਹੈ, ਅੱਲਾ ਨੇ ਉਹਦੇ ਬਦਲੇ ਦੇ ਅੰਦਰ ਆਮਿਨਾ ਦਾ ਲਾਲ ਅਤਾ ਕਰ ਛੱਡਿਆ ਹੈ। ਨਬੀ ਪਾਕ ਦਾ ਕਲਮਾ ਪੜਿਆ, ਮੁਰੀਦ ਹੋ ਗਏ ਨਬੀ ਪਾਕ, ਕਿੰਨਾ ਸਫ਼ਰ ਕੀਤਾ, ਬਚਪਨ ਤੋਂ ਟੁਰੇ ਨੇ, ਦਾੜੀ ਦੇ ਵਾਲ ਸਿਰ ਦੇ ਵਾਲ ਚਿੱਟੇ ਹੋ ਗਏ ਨੇ। ਅੱਲਾਹੁ ਅਕਬਰ, ਮੈਂ ਤੇ ਸੀਅਰ ਸਹਾਬਾਂ ਅੰਦਰ ਪੜਿਆ, ਦੀਗਰ ਕਿਤਾਬਾਂ ਅੰਦਰ ਪੜਿਆ, ਜਨਾਬ ਸਲਮਾਨ ਦੀ ਉਮਰ ਟੋਟਲ 240 ਸਾਲ ਜਾਂ 250 ਸਾਲ ਉਮਰ ਏ। ਅੱਲਾਹੁ ਅਕਬਰ, ਤੇ 100 ਤੋਂ ਉੱਪਰ ਜਨਾਬ ਸਲਮਾਨ ਦੀ ਉਮਰ ਹੋ ਗਈ ਏ, ਬੁੱਢਾ ਬਾਬਾ ਬਣ ਗਿਆ ਤੇ ਬਾਬਾ ਬਣ ਕੇ ਨਬੀ ਪਾਕ ਨੂੰ ਲੱਭਦਾ ਫਿਰਦਾ ਏ। ਅੱਲਾਹੁ ਅਕਬਰ, ਨਬੀ ਪਾਕ ਅਲੈਹਿ ਸਲਾਤੂ ਸਲਾਮ ਦਾ ਕਲਮਾ ਪੜਿਆ ਤੇ ਅੱਲਾ ਪਾਕ ਨੇ ਫਿਰ ਸ਼ਾਨਾਂ ਕਿਵੇਂ ਦਿੱਤੀਆਂ, ਮੇਰੇ ਨਬੀ ਨੇ ਉਹਦੀ ਅਜ਼ਮਤ ਬਿਆਨ ਫਰਮਾਈ ਹੈ। ਮੇਰੇ ਨਬੀ ਆਖਿਆ ਕਰਦੇ ਸਨ, ਸਲਮਾਨ ਮਿੰਨਾ ਅਹਲਲ ਬੈਤ, ਮੇਰੇ ਨਬੀ ਫਰਮਾਇਆ ਕਰਦੇ ਸਨ, ਲੋਗੋ ਸਲਮਾਨ ਦੀ ਕੋਈ ਆਮ ਸ਼ਾਨ ਨਹੀਂ, ਆਮ ਮੁਕਾਮ ਨਹੀਂ, ਬਲਕਿ ਸਲਮਾਨ ਨਾਲ ਮੈਨੂੰ ਇੰਨਾ ਪਿਆਰ ਹੈ, ਮੈਂ ਤੇ ਸਲਮਾਨ ਨੂੰ ਇੰਝ ਸਮਝਣਾ ਵਾਂ ਜਿਵੇਂ ਸਲਮਾਨ ਮੇਰੇ ਅਹਲੇ ਬੈਤ ਦਾ ਹਿੱਸਾ ਹੈ। ਨਬੀ ਪਾਕ ਨੇ ਫਰਮਾਇਆ, ਮੈਂ ਇੰਝ ਸਮਝਣਾ ਜਿਵੇਂ ਸਲਮਾਨ ਮੇਰੇ ਅਹਲੇ ਬੈਤ ਦਾ ਹਿੱਸਾ। ਮੇਰੇ ਨਬੀ ਨੇ ਇੱਕ ਹੋਰ ਵੀ ਖੁਸ਼ਖਬਰੀ ਸੁਣਾਈ ਹੈ, ਮੇਰੇ ਪੈਗੰਬਰ ਅਲੈਹਿ ਸਲਾਤੁ ਸਲਾਮ ਨੇ ਫਰਮਾਇਆ, ਜੰਨਤ ਚਾਹੁੰਦੀ ਹੈ ਕਿ ਤਿੰਨ ਬੰਦੇ ਜਲਦੀ ਨਾਲ ਮੇਰੇ ਅੰਦਰ ਆ ਜਾਣ। ਕਿਹੜੇ ਕਿਹੜੇ ਬੰਦੇ ਨੇ? ਫਰਮਾਇਆ, ਇੱਕ ਮੇਰਾ ਸਹਾਬੀ ਬਿਲਾਲ ਏ, ਦੂਸਰਾ ਮੇਰਾ ਸਹਾਬੀ ਅੰਮਾਰ ਏ, ਤੇ ਤੀਸਰਾ ਸਹਾਬੀ ਮੇਰਾ ਸਯੂਦਨਾ ਸਲਮਾਨ ਫਾਰਸੀ ਰਜ਼ੀ ਅੱਲਾਹੁ ਤਾਲਾ ਅਨਹੁ ਹੋਵੇ। ਜੰਨਤ ਵੈਸੇ ਤੇ ਚਾਹੁੰਦੀ ਸਾਰੇ ਨਬੀ ਪਾਕ ਦੇ ਯਾਰ ਜਲਦੀ ਜਲਦੀ ਆ ਜਾਣ, ਤੇ ਜੰਨਤ ਬੜੀ ਸ਼ਿੱਦਤ ਦੇ ਨਾਲ ਇੰਤਜ਼ਾਰ ਕਰਦੀ ਪਈ ਏ ਕਿ ਨਬੀ ਪਾਕ ਦੇ ਇਹ ਯਾਰ ਆ ਜਾਵਣ। ਅੱਲਾਹੁ ਅਕਬਰ, ਤੇ ਮੇਰੇ ਨਬੀ ਆਖਿਆ ਕਰਦੇ ਸਨ, ਸਲਮਾਨ ਦੀ ਐਡੀ ਸ਼ਾਨ ਹੈ, ਐਡਾ ਮੁਕਾਮ ਹੈ, ਅਗਰ ਈਮਾਨ ਅਗਰ ਹੱਕ ਉਹ ਜੇ ਸੁਰੱਈਆ ਤੇ ਸਿਤਾਰੇ ਦੀ ਉੱਪਰ ਹੁੰਦਾ, ਸੁਰੱਈਆ ਸਿਤਾਰੇ ਦੀ ਉੱਪਰ ਈਮਾਨ ਪਿਆ ਹੁੰਦਾ। ਫਰਮਾਇਆ, ਮੇਰਾ ਸਲਮਾਨ ਉੱਥੋਂ ਵੀ ਈਮਾਨ ਨੂੰ ਲੱਭ ਕੇ ਲੈ ਆਉਂਦਾ, ਐਡੀ ਈਮਾਨ ਦੀ ਤੜਪ ਰੱਖਣ ਵਾਲਾ ਹੈ, ਐਡਾ ਈਮਾਨ ਨਾਲ ਪਿਆਰ ਕਰਨ ਵਾਲਾ ਹੈ, ਐਡਾ
ਸੱਚਾ ਇਮਾਨ ਨਾਲ ਮੁਹੱਬਤ ਕਰਨ ਵਾਲਾ ਏ। ਅੱਲਾਹੁ ਅਕਬਰ ਨੇ ਕੁਰਬਾਨ ਜਾਵਾ ਸੈਯਦਨਾ ਸਲਮਾਨ ਦੀ ਸ਼ਾਨ ਏ, ਹਜ਼ਰਤ ਸਲਮਾਨ ਦੀ ਅਜ਼ਮਤ ਏ। ਫਿਰ ਮੇਰਾ ਵੀ ਦਿਲ ਕੀਤਾ ਮੈਂ ਜਨਾਬ ਸਲਮਾਨ ਦੀ ਅਜ਼ਮਤ ਅੰਦਰ ਗੁਲਹਾਏ ਅਕੀਦਤ ਪੇਸ਼ ਕੀਤੇ ਨੇ, ਮੇਰੇ ਨਬੀ ਤੇ ਦਰੂਦ ਪੜ੍ਹੀਏ ਤੇ ਗੱਲ ਬਿਆਨ ਕਰੀਏ। ਆਮੀਨਾ ਦਿਲਾਲ ਜਨਾਬੇ ਮੁਹੰਮਦ, ਸਾਰੇ ਨਬੀ ਪਾਕ ਤੇ ਦਰੂਦ ਪੜ੍ਹੋ ਜਨਾਬੇ ਮੁਹੰਮਦ। ਯਾਰ ਬੋਲਦੇ ਕੋਈ ਨੀ, ਨਬੀ ਪਾਕ ਤੇ ਬੁਲੰਦ ਆਵਾਜ਼ ਨਾਲ ਦਰੂਦ ਪੜ੍ਹੋ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਮੇਰੇ ਪੈਗੰਬਰ ਅਲੈਹਿ ਸਲਾਤੁ ਸਲਾਮ ਦਾ ਯਾਰ ਸਲਮਾਨ, ਅੱਲਾਹੁ ਅਕਬਰ, ਆਲਾ ਇੱਕ ਆਕਾ ਦਾ ਗੁਲਾਮ ਦੋਸਤੋ, ਆਲਾ ਇੱਕ ਆਕਾ ਦਾ ਗੁਲਾਮ ਦੋਸਤੋ, ਫਾਰਸ ਤੋਂ ਆਇਆ ਸਲਮਾਨ ਦੋਸਤੋ, ਫਾਰਸ ਤੋਂ ਆਇਆ ਸਲਮਾਨ ਦੋਸਤੋ, ਬਚਪਨ ਤੋਂ ਟੁਰਿਆ ਹੱਕ ਦੀ ਤਲਾਸ਼ ਲਈ, ਕੀਤਾ ਇੰਤਜ਼ਾਮ ਲੋਕੋ ਕੋ ਸਰ ਪਿਆਸ ਲਈ, ਕੀਤਾ ਇੰਤਜ਼ਾਮ ਲੋਕੋ ਕੋ ਸਰ ਪਿਆਸ ਲਈ, ਮਿਲ ਗਿਆ ਆਖਿਰ ਇਮਾਮ ਦੋਸਤੋ, ਫਾਰਸ ਤੋਂ ਆਇਆ ਸਲਮਾਨ ਦੋਸਤੋ, ਫਾਰਸ ਤੋਂ ਆਇਆ ਸਲਮਾਨ ਦੋਸਤੋ, ਅੱਗ ਦੀ ਇਬਾਦਤ ਨੂੰ ਰੱਬ ਲਈ ਛੋੜਿਆ, ਕੁਫਰ ਦੇ ਨਾਲੋਂ ਨਾਤਾ ਇਸੇ ਲਈ ਤੋੜਿਆ, ਕੁਫਰ ਦੇ ਨਾਲੋਂ ਨਾਤਾ ਇਸੇ ਲਈ ਤੋੜਿਆ, ਚਾਹਤ ਗੈ ਹੱਕ ਹੋਏ ਆਯਾਮ ਦੋਸਤੋ, ਫਾਰਸ ਤੋਂ ਆਇਆ ਸਲਮਾਨ ਦੋਸਤੋ। ਬੜੀ ਪਿਆਰੀ ਗੱਲ ਏ, ਵਿਕ ਦਬ ਕਾਂਦਾ ਆਖਰ ਮਤੀ ਨੇ ਡੇਰਾ ਲਾਇਆ ਏ, ਚੱਲੇ ਅਸੀਂ ਪਤਾ ਇੱਥੇ ਸੋਹਣਾ ਇੱਕ ਆਇਆ ਏ, ਚੱਲੇ ਅਸੀਂ ਪਤਾ ਇੱਥੇ ਸੋਹਣਾ ਇੱਕ ਆਇਆ। ਪਿਆਰ ਨਾਲ ਬਲੀਏ, ਫਿਰ ਤੱਕਿਆ ਸੀ ਨਬੀ ਸੁਲਤਾਨ ਦੋਸਤੋ, ਫਿਰ ਤੱਕਿਆ ਸੀ ਨਬੀ ਸੁਲਤਾਨ ਦੋਸਤੋ, ਫਾਰਸ ਤੋਂ ਆਇਆ ਸਲਮਾਨ ਦੋਸਤੋ। ਅੱਲਾਹੁ ਅਕਬਰ, ਬੜੀ ਪਿਆਰੀ ਗੱਲ ਹੈ, ਬੜੀ ਮੁਹੱਬਤ ਦੀ ਗੱਲ ਸੁਣਾ ਲਗਾਵਾ। ਅੱਲਾਹੁ ਅਕਬਰ, ਮੋਹਰੇ ਨਬੂਵਤ ਦੇ ਬੋਸੇ ਪਿਆ ਲੈਂਦਾ ਹੈ, ਤੱਕ ਕੇ ਨਿਸ਼ਾਨੀਆਂ ਤੇ ਸੋਹਣੇ ਨੂੰ ਇਹ ਕਹਿੰਦਾ ਹੈ, ਤੱਕ ਕੇ ਨਿਸ਼ਾਨੀਆਂ ਤੇ ਸੋਹਣੇ ਨੂੰ ਇਹ ਕਹਿੰਦਾ ਹੈ, ਇਹੋ ਹੀ ਤੋ ਰਾਤ ਚ ਬਿਆਨ ਦੋਸਤੋ, ਇਹੋ ਇੰਜੀਲ ਚ ਬਿਆਨ ਦੋਸਤੋ, ਫਾਰਸ ਤੋਂ ਆਇਆ ਸਲਮਾਨ ਦੋਸਤੋ। ਆਖਰੀ ਗੱਲ ਏ, ਅਕਲ ਦਾ ਹਿੱਸਾ ਸੋਹਣੇ ਨਬੀ ਨੇ ਬਣਾਇਆ ਏ, ਰੱਬ ਨੇ ਵੀ ਉਸ ਦਾ ਰੁਤਬਾ ਵਧਾਇਆ ਏ, ਰੱਬ ਨੇ ਵੀ ਉਸ ਦਾ ਰੁਤਬਾ ਵਧਾਇਆ ਏ। ਸੁਬਹਾਨੀ ਔਰ ਜੰਨਤੀ ਮਹਿਮਾਨ ਦੋਸਤੋ, ਸੁਬਹਾਨੀ ਔਰ ਜੰਨਤੀ ਮਹਿਮਾਨ ਦੋਸਤੋ, ਫਾਰਸ ਤੋਂ ਆਇਆ ਸਲਮਾਨ ਦੋਸਤੋ, ਆਲਾ ਇੱਕ ਆਕਾ ਦਾ ਗੁਲਾਮ ਦੋਸਤੋ, ਫਾਰਸ ਤੋਂ ਆਇਆ ਸਲਮਾਨ ਦੋਸਤੋ। ਇਸ ਵਾਸਤੇ ਅੱਲਾਹ ਪਾਕ ਨੇ ਫਰਮਾਇਆ, ਵੱਲਜ਼ੀਨਾ ਜਾਹਦੂ ਫੀਨਾ ਲਨਹਦੀਅਨਹੁਮ ਸੁਬੁਲਨਾ وَإِنَّ اللَّهَ لَمَعَ الْمُحْسِنِينَ ਕਿੱਥੋਂ ਟੁਰੇ ਨੇ, ਕਿੱਥੇ ਆ ਸੋਹਣੇ ਦੇ ਮੁਰੀਦ ਬਣੇ ਨੇ, ਵਫਾ ਜ਼ਿੰਦਗੀ ਨੇ ਕੀਤੀ ਏ, ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ ਏ, ਲੇਕਿਨ ਹੱਕ ਲੱਭਿਆ। ਹੱਕ ਲੱਭਣਾ ਚਾਹੋ, ਮੁਸ਼ਕਿਲ ਕੋਈ ਨਹੀਂ, ਜ਼ਿੰਦਗੀ ਤੁਹਾਡੀ ਵਫਾ ਕਰੇ, ਇਰਾਦਾ ਤੁਹਾਡਾ ਸੱਚਾ ਹੋਵੇ, ਅੱਲਾਹ ਪਾਕ ਕਿਸੇ ਨਾ ਕਿਸੇ ਬੰਨੇ ਲਾਜ ਛੱਡਦੇ ਨੇ। ਹਜ਼ਰਤ ਸਲਮਾਨ ਕਿੱਥੋਂ ਟੁਰੇ ਨੇ, ਸਾਰੀ ਉਮਰ ਗੁਜ਼ਾਰ ਦਿੱਤੀ ਏ, ਆਖਿਰਕਾਰ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੇ ਸਹਾਬੀ ਬਣੇ ਨੇ। ਅੱਲਾਹੁ ਅਕਬਰ, ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੇ ਸਹਾਬੀ ਨੇ, ਅਤੇ ਅੱਲਾਹ ਪਾਕ ਨੇ ਸ਼ਾਨ ਬੜੀ ਦਿੱਤੀ, ਨਬੀ ਪਾਕ ਨੇ ਪਿਆਰ ਬੜਾ ਕੀਤਾ। ਔਰ ਹਜ਼ਰਤ ਸਲਮਾਨ ਜਦੋਂ ਗੁਲਾਮੀ ਦੀ ਜ਼ਿੰਦਗੀ ਅੰਦਰ ਹੈ ਨਾ, ਤਾਂ ਨਬੀ ਪਾਕ ਨੇ ਪੁੱਛਿਆ, ਸਲਮਾਨ ਆਜ਼ਾਦੀ ਇਖਤਿਆਰ ਕਰ ਲਿਆ, ਪੁੱਛ ਆਪਣੇ ਮਾਲਕ ਕੋਲੋਂ ਕੀ ਲੈਣਾ। ਪੁੱਛਿਆ ਜਾ ਕੇ ਮਾਲਕ ਕਹਿਣ ਲੱਗਾ, ਜੀ 300 ਦਰਖਤ ਖਜੂਰਾਂ ਦੇ ਲਾਂਗਾ, 300 ਦਰਖਤ ਮੇਰੀ ਪੈਲੀ ਅੰਦਰ ਆ ਕੇ ਲਾ ਦਿਓ, ਅਤੇ ਨਾਲ ਮੈਂ 40 ਊਕੀਏ ਸੋਨਾ ਲਾਂਗਾ। ਕਿੰਨਾ? 40 ਊਕੀਏ, ਤਕਰੀਬਨ 1.5 ਕਿਲੋ ਸੋਨਾ ਬਣਦਾ, ਇੰਨਾ ਸੋਨਾ ਲਾਂਗਾ ਅਤੇ ਇੰਨੇ ਦਰਖਤ ਲਾਂਗਾ। ਨਬੀ ਪਾਕ ਦੇ ਕੋਲ ਸੋਨਿਆ, ਉਹ ਤਾਂ ਇੰਨੇ ਪੈਸੇ ਮੰਗੀ ਜਾਂਦਾ, ਇੰਨੇ ਦਰਖਤ ਅਤੇ ਇੰਨਾ ਸੋਨਾ ਕਿਵੇਂ ਦੇਵਾਂਗੇ? ਮੇਰੇ ਨਬੀ ਨੇ ਫਰਮਾਇਆ, ਸਲਮਾਨ ਪਰੇਸ਼ਾਨ ਨਾ ਹੋ, ਕਰਮ ਅੱਲਾਹ ਕਰੇਗਾ,
कोशिश मैं करांगा इंशाअल्लाह सी मिलकर तेनों आज़ाद करवावांगे। ते वेखो मेरे पीर की अजमत है, मेरे पीर की मुहब्बत अपने यारां दे नाल। नबी पाक ने 1.5 किलो सोना भी अदा किया, 300 दरखत नबी पाक अली सलातो सलाम ने खुद भी लगाए ने, सहाबाई किराम दे कोलम भी लगवाए ने। ते नबी पाक ने हज़रत सलमान नूं आज़ाद करवाया, आज़ादी जदों मिल गई है ते नबी पाक अली सलातो सलाम हज़रत सलमान नाल इन्ना प्यार करया करदे सन, इन्नियां मुहब्बतां करया करदे सन। नबी पाक अली सलातो सलाम ने फरमाया, सलमान तू अहले बैत दा हिस्सा भी है, पक्का जन्नती भी है, जन्नत तेरी तलाश अंदर है। अल्लाह पाक दे कोल दुआ फरमाओ, अल्लाह पाक इस सहाबी दी सीरत दे अंदरों भी सानू सबक हासिल करन दी तौफीक अता फरमाए। आखिर दावा या अनिल हम्दुलिल्लाह रब्बिल आलमीन।